ਅਤੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ, ਢੱਡ ਸਰੰਗੀ ਜਿਹੇ ਸਾਜ਼ਾਂ ਨੂੰ, ਸਾਡੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ, ਢੱਡ ਸਰੰਗੀ ਜਿਹੇ ਸਾਜ਼ਾਂ ਨੂੰ, ਸੱਭਿਆਚਾਰ ਦੀਆਂ ਗੱਲਾਂ ਬਾਤਾਂ ਨੂੰ, ਖੂਹ ਟੋਭਿਆਂ ਦੀਆਂ ਮੁਲਾਕਾਤਾਂ ਨੂੰ, ਪਿੰਡਾਂ ਦੀਆਂ ਸੁੰਨੀਆਂ ਗਲੀਆਂ ਨੂੰ ਅਤੇ ਨਿਆਣਿਆਂ ਦੀਆਂ ਲਮਕਦੀਆਂ ਨਲੀਆਂ ਨੂੰ, ਖਾੜਿਆਂ ਵਿੱਚ ਘੁਲਦੇ ਮੱਲਾਂ ਨੂੰ ਅਤੇ ਸੱਥਾਂ ਵਿੱਚ ਹੁੰਦੀਆਂ ਗੱਲਾਂ ਨੂੰ ਲੈ ਕੇ ਹਾਜ਼ਰ ਹਾਂ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਮੈਂ ਗੱਲ ਕੀਤੀ ਹੈ ਪੁਰਾਣੇ ਰੀਤੀ ਰਿਵਾਜ਼ਾਂ ਦੀ, ਢੱਡ ਸਰੰਗੀ ਜਿਹੇ ਸਾਜ਼ਾਂ ਦੀ, ਜਾਂ ਫਿਰ ਨਿਆਣਿਆਂ ਦੀਆਂ ਲਮਕਦੀਆਂ ਨਲੀਆਂ, ਸੁੰਨੀਆਂ ਗਲੀਆਂ, ਜਿਹੜੇ ਵੀ ਹੈਗੇ ਆ ਖਾੜਿਆਂ 'ਚ ਮੱਲ ਅਤੇ ਸੱਥਾਂ 'ਚ ਗੱਲ ਜਿਹੜੀ ਹੁੰਦੀ ਹੈ, ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਖਾਸ ਤੌਰ 'ਤੇ ਅੱਜ ਦੇ ਦਿਨ, ਜਿਵੇਂ ਪਹਿਲਾਂ ਸ਼ੁੱਕਰਵਾਰ ਆਪਾਂ ਰੱਖਿਆ ਸੀਗਾ ਪਿੰਡਾਂ ਦੀਆਂ ਗੱਲਾਂ ਕਰਨ ਵਾਸਤੇ, ਤਾਜ਼ੀਆਂ ਗੱਲਾਂ ਕਰਨ ਵਾਸਤੇ, ਅਤੇ ਹੁਣ ਮੇਰੇ ਖਿਆਲ ਬੁੱਧਵਾਰ ਉਹ ਬਣ ਗਿਆ, ਪੱਕਾ ਹੋ ਗਿਆ ਬੁੱਧਵਾਰ, ਕਿ ਬੁੱਧਵਾਰ ਨੂੰ ਅਸੀਂ ਇਹੋ ਜਿਹੀਆਂ ਗੱਲਾਂ ਰੀਤੀ ਰਿਵਾਜ਼ਾਂ ਦੀਆਂ, ਹੋਰ ਸਾਰੀਆਂ ਜਿਹੜੀਆਂ ਪਿੰਡਾਂ ਦੀਆਂ ਗੱਲਾਂ ਕਰੀਦੀਆਂ। ਅਗਲੇ ਬੁੱਧਵਾਰ ਤੋਂ ਫਿਰ ਮੈਂ ਅੰਜਾਨ ਸਾਹਿਬ ਨੂੰ ਵੀ ਬੇਨਤੀ ਕਰਿਆ ਕਰੂੰਗਾ ਵੀ ਉਹ ਵੀ ਬੁੱਧਵਾਰ ਦੀ ਬੁੱਧਵਾਰ ਹੀ ਫਿਰ ਆਪਣੀ ਜਿਹੜੀ ਹਾਜ਼ਰੀ ਲਵਾਇਆ ਕਰਨਗੇ, ਦਰਸ਼ਨ ਦਿਆ ਕਰਨਗੇ ਫੋਨ ਦੇ ਜ਼ਰੀਏ। ਸੋ ਇਸ ਵਾਰ ਜਿਹੜਾ ਬੁੱਧਵਾਰ ਹੈਗਾ ਉਹ ਪਹਿਲਾਂ ਦੀ ਤਰ੍ਹਾਂ ਚੱਲੇਗਾ। ਤੁਹਾਡੇ ਸੁਨੇਹੇ, ਤੁਹਾਡੀਆਂ ਈਮੇਲਾਂ, ਸਾਰੀਆਂ ਗੱਲਾਂ ਬਾਤਾਂ ਮੇਲ ਬਾਕਸ ਦੇ ਵਿੱਚ ਕਰਾਂਗੇ ਅਤੇ ਨਾਲ ਦੀ ਨਾਲ ਹੋਰ ਗੱਲਾਂ ਬਾਤਾਂ ਕਰਕੇ ਕਿਸੇ ਨਾ ਕਿਸੇ ਵਿਸ਼ੇ 'ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਅੱਜ ਦੇ ਦਿਨ ਅਸੀਂ ਬੁੱਧਵਾਰ ਨੂੰ ਤਕਰੀਬਨ ਪੁਰਾਣੀਆਂ ਗੱਲਾਂ ਕਰਿਆ ਕਰਾਂਗੇ। ਪੁਰਾਣੀਆਂ ਗੱਲਾਂ ਦੇ ਵਿੱਚ ਹਸਬੈਂਡ ਵਾਈਫ ਵੀ ਆ ਗਏ, ਸੋਸ਼ਲ ਰਿਸ਼ਤੇ ਵੀ ਆ ਗਏ, ਰੀਤੀ ਰਿਵਾਜ਼ ਵੀ ਆ ਗਏ, ਵਿਆਹ ਸ਼ਾਦੀਆਂ ਵੀ ਆ ਗਈਆਂ, ਮੁਹਾਵਰੇ ਕਹਾਵਤਾਂ ਵੀ ਆ ਗਈਆਂ, ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਹੈਗਾ ਜੀ। ਅਤੇ ਇੱਕ ਵਾਰ ਬਹੁਤ ਧੰਨਵਾਦ ਕਰਦੇ ਹਾਂ ਜੀ ਫਿਰ ਸਭ ਦਾ, ਬੜਾ ਪਿਆਰ ਦਿੰਦੇ ਹੋ ਤੁਸੀਂ। ਔਰ ਕੱਲ੍ਹ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਕੱਲ੍ਹ ਦਾ ਪ੍ਰੋਗਰਾਮ ਵੀ ਤੁਸੀਂ ਬਹੁਤ ਪਸੰਦ ਕੀਤਾ ਸਾਨੂੰ, ਜਿਹੜੀ ਫੀਡਬੈਕ ਆਉਂਦੀ ਆ, ਈਮੇਲਾਂ ਵਗੈਰਾ ਆਉਂਦੀਆਂ ਨੇ, ਉੱਤੋਂ ਇਹ ਗੱਲ ਪਤਾ ਲੱਗਦੀ ਹੈ। ਅਤੇ ਬਾਕੀ ਰਹੀ ਗੱਲ ਇੱਕ, ਕੱਲ੍ਹ ਪਰਮਿੰਦਰ ਕੌਰ ਬੇ ਏਰੀਏ ਤੋਂ ਸ਼ਾਇਦ ਫੋਨ ਸੀਗਾ, 510 ਏਰੀਆ ਕੋਡ ਤੋਂ, ਉਹਨਾਂ ਨੇ ਸਵਾਲ ਕੀਤਾ ਸੀਗਾ ਅਤੇ ਸਵਾਲਾਂ ਦੇ ਜਵਾਬ ਫਿਰ ਅੱਜ ਦੇਈਦੇ ਆ। ਸੋ ਅੱਜ ਜੇ ਸੁਣਦੇ ਹੋ ਪਰਮਿੰਦਰ ਕੌਰ ਜੀ, ਦੇਖ ਰਹੇ ਹੋ ਪ੍ਰੋਗਰਾਮ, ਤਾਂ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ, ਸ਼ਾਇਦ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਉਹ ਮਿਲ ਜਾਵੇ। ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਕਰੀ ਦੀਆਂ ਸਾਰੀਆਂ ਸਾਂਝੀਆਂ, ਅਤੇ ਕੋਈ ਨਾ ਕੋਈ ਨਵੀਂ ਪੁਰਾਣੀ ਗੱਲਬਾਤ ਲੈ ਕੇ ਹਾਜ਼ਰ ਹੋਈਦਾ। ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੇਲ ਬਾਕਸ ਦੀ। ਮੇਲ ਬਾਕਸ ਦੇ ਵਿੱਚ ਕੱਲ੍ਹ ਵਾਲਾ ਸਵਾਲ ਜਿਹੜਾ ਮੈਂ ਸਭ ਤੋਂ ਪਹਿਲਾਂ ਲੈਣਾ ਚਾਹੁੰਦਾ, ਉਹਨਾਂ ਨੇ ਸਵਾਲ ਇਹ ਪੁੱਛਿਆ ਸੀਗਾ ਕਿ ਉਹਨਾਂ ਦੇ ਭਰਾ ਦੀ ਗਰਲਫ੍ਰੈਂਡ ਜਿਹੜੀ ਹੈ ਉਹ ਮੈਕਸੀਕਨ ਹੈ ਅਤੇ ਉਹਦੇ ਮੰਮੀ ਡੈਡੀ ਪਿਓਰ ਪੰਜਾਬੀ ਨੇ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਇੱਕ ਦੂਜੇ ਦੀ ਗੱਲ ਕਿਵੇਂ ਸਮਝਣ? ਸਵਾਲ ਇਹ ਇਕੱਲਾ ਇਹਨਾਂ ਦਾ ਸਵਾਲ ਨਹੀਂ ਹੈਗਾ, ਇਹ ਸਾਡੇ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ ਦਾ ਸਵਾਲ ਹੈਗਾ। ਅਕਸਰ ਇਹ ਚੀਜ਼ਾਂ ਦੇਖਣ ਦੇ ਵਿੱਚ ਆਉਂਦੀਆਂ ਕਿ ਇਹ ਸਵਾਲ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਕਾਫੀ ਹੱਦ ਤੱਕ ਹੁੰਦਾ ਸੀ, ਪਰ ਟਾਵਾਂ ਹੁੰਦਾ ਸੀਗਾ। ਟਾਵਾਂ ਇੱਦਾਂ ਹੁੰਦਾ ਸੀ ਵੀ ਕੋਈ ਵਿਰਲਾ ਵਾਂਝਾ ਬਾਹਰੋਂ ਗੋਰੀ ਵਿਆਹ ਕੇ ਲਿਆਉਂਦਾ ਸੀ ਅਤੇ ਪਿੰਡ ਦੇ ਵਿੱਚ ਫਿਰ ਮਾਹੌਲ ਜਿਹੜਾ ਹੁੰਦਾ ਸੀਗਾ ਉਹ ਦੇਖਣ ਵਾਲਾ ਹੁੰਦਾ ਸੀਗਾ। ਪਰ ਤੁਸੀਂ ਸ਼ੁਕਰ ਕਰੋ ਤੁਸੀਂ ਇੱਥੇ ਹੈਗੇ ਹੋ, ਬਾਹਰਲੇ ਮੁਲਕਾਂ ਦੇ ਵਿੱਚ ਇੱਦਾਂ ਦੇ ਹਾਲਾਤ ਪੈਦਾ ਨਹੀਂ ਹੋਣੇ, ਅਤੇ ਪਿੰਡ ਦੇ ਹਾਲਾਤ ਤੁਸੀਂ ਦੇਖੇ ਆ, ਪਿੰਡ ਦੇ ਵਿੱਚ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਅਤੇ ਪਿੰਡ ਦੇ ਵਿੱਚ ਨਿਆਣੇ ਫਿਰ ਕਿਵੇਂ ਮਗਰ ਲੱਗਦੇ ਨੇ। ਖੈਰ ਮੇਹਰ ਮਿੱਤ ਸਾਹਿਬ ਦਾ ਕੋਈ ਜਵਾਬ ਨਹੀਂ, ਉਹਨਾਂ ਦੀ ਫਿਲਮ ਜਿਹੜੀ ਇਹ ਹਰੇਕ ਫਿਲਮ ਦੇ ਵਿੱਚ ਉਦੋਂ ਹੁੰਦੇ ਸੀਗੇ ਅਤੇ ਸਰਪੰਚ ਅਤੇ ਫਿਲਮ ਦੇ ਵਿੱਚ ਵੀ ਉਹਨਾਂ ਨੇ ਰੋਲ ਕੀਤਾ। ਨਾਲ ਲੱਗਦੇ ਇੱਕ ਸਾਨੂੰ ਕਿਰਨੀ ਸੰਧੂ ਬੇਕਰ ਫੀਲਡ ਤੋਂ ਉਹਨਾਂ ਦਾ ਸਵਾਲ ਪੁੱਛਿਆ ਸੀਗਾ ਕਿ ਹਸਬੈਂਡ ਕੀ ਹੁੰਦਾ। ਦੇਖੋ ਜੀ, ਹਸਬੈਂਡ ਤਾਂ ਮੈਂ ਤਾਂ ਇਹੀ ਸਮਝਦਾ ਸੀਗਾ ਵੀ ਜਿਹੜਾ ਹੱਸ ਕੇ ਵੱਜੇ ਉਹਨੂੰ, ਹੱਸ ਕੇ ਬੈਂਡ ਵੱਜਦਾ ਉਹਨੂੰ ਹਸਬੈਂਡ ਕਹਿੰਦੇ ਆ। ਪਰ ਮੈਂ ਕੀ ਜਵਾਬ ਦੇਣਾ, ਸਾਨੂੰ ਕਿਸੇ ਨੇ ਭੇਜਿਆ ਇਹ ਵੀਡੀਓ ਕਲਿੱਪ ਬਣਾ ਕੇ ਛੋਟਾ ਜਿਹਾ ਕਿ ਹਸਬੈਂਡ ਦੀ ਕੀ ਡੈਫੀਨੇਸ਼ਨ ਹੈਗੀ ਹੈ। ਮੈਂ ਤਾਂ ਪਤਨੀ ਦੀ ਡੈਫੀਨੇਸ਼ਨ ਦੱਸ ਸਕਦਾ ਕੀ ਹੈ, ਕਿਉਂਕਿ ਮੇਰਾ ਪਤਨੀ ਦਾ ਵਾਹ ਪੈਂਦਾ, ਔਰ ਹਸਬੈਂਡ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਪਤਨੀ ਉਹ ਦੱਸ ਸਕਦੀ, ਬੰਦਾ ਨਹੀਂ ਦੱਸ ਸਕਦਾ। ਇਹ ਮੈਡਮ ਨੇ ਕੀ ਹਸਬੈਂਡ ਦੀ ਡੈਫੀਨੇਸ਼ਨ ਦਿੱਤੀ ਹੈ ਕਿ ਹਸਬੈਂਡ ਕੀ ਹੁੰਦਾ, ਤੁਸੀਂ ਆਪ ਹੀ ਦੇਖ ਲਓ। ਇੱਕ ਗਾਂਵ ਕੀ ਮਹਿਲਾ ਦੋ ਸ਼ਹਿਰ ਕੀ ਮਹਿਲਾਓਂ ਸੇ ਪੁੱਛਤੀ ਹੈ ਬਹਿਨ, ਇਹ ਹਸਬੈਂਡ ਕਿਆ ਹੋਤਾ ਹੈ? ਤੋ ਸ਼ਹਿਰ ਕੀ ਮਹਿਲਾ ਮੁਸਕੁਰਾਤੇ ਹੋਏ ਬੋਲਤੀ ਹੈ ਬਹਿਨ, ਇਹ ਇੱਕ ਐਸਾ ਬੈਂਡ ਹੋਤਾ ਹੈ ਜੋ ਘਰ ਕੇ ਝਾੜੂ ਔਰ ਬੇਲਨ ਸੇ ਬਜਾਇਆ ਜਾਤਾ ਹੈ। ਇਸ ਬੈਂਡ ਕੋ ਬਜਾਨੇ ਕਾ ਸੁਖ ਕੇਵਲ ਸਾਦੀ ਸੁਦਾ ਮਹਿਲਾਏ ਭੋਗ ਸਕਤੀ ਹੈ। ਸਬਸੇ ਬੜੀ ਬਾਤ ਇਹ ਹੈ ਕਿ ਇਸ ਬੈਂਡ ਕੋ ਤੁਮ ਜਿਤਨਾ ਬਜਾਓਗੇ ਉਤਨੀ ਹੀ ਇਸਮੇ ਮਧੁਰ ਆਵਾਜ਼ ਆਤੀ ਹੈ, ਔਰ ਤੋ ਔਰ ਇਸ ਬੈਂਡ ਕੀ ਆਵਾਜ਼ ਘਰ ਸੇ ਬਾਹਰ ਨਹੀਂ ਜਾਤੀ ਹੈ। ਸਬਸੇ ਅਜੀਬ ਬਾਤ ਤੋ ਇਹ ਹੈ ਕਿ ਇਹ ਬੈਂਡ ਜਿਤਨਾ ਵੀ ਬਜਤਾ ਹੈ ਉਤਨਾ ਹੀ ਮੁਸਕੁਰਾਤਾ ਹੈ। ਲਓ ਜੀ, ਸੁਣ ਲਈ ਹਸਬੈਂਡ ਦੀ ਡੈਫੀਨੇਸ਼ਨ, ਹਸਬੈਂਡ ਕੀ ਹੁੰਦਾ ਹੈ, ਪਤਨੀਆਂ ਦੇ ਹਿਸਾਬ ਨਾਲ ਕੀ ਹੁੰਦਾ ਹੈ। ਮਤਲਬ ਇਹ ਕਈ ਨਾ ਸਾਡੇ ਦਰਸ਼ਕ ਲੈ ਜਾਂਦੇ
ਥੋੜ੍ਹਾ ਜਿਹਾ ਦੂਜੇ ਪਾਸੇ ਵੀ ਪਤਾ ਨਹੀਂ ਇਹ ਕੀ ਗੱਲਾਂ ਹੈਗੀਆਂ ਕੀ ਨਹੀਂ ਹੈਗੀਆਂ, ਅਤੇ ਮੈਂ ਸੀਰੀਅਸ ਲੈ ਜਾਂਦੇ, ਕਹਿਣ ਤੋਂ ਭਾਵ ਸੀਰੀਅਸ ਲੈ ਜਾਂਦੇ, ਨਹੀਂ ਯਾਰ ਐਂ ਥੋੜ੍ਹੀ ਹੁੰਦਾ ਤੂੰ ਐਂ ਪਤਨੀਆਂ ਬਾਰੇ ਐਂ ਬੋਲੀ ਜਾਂਦਾ। ਪਰ ਇਹ ਗੱਲਾਂ ਸਿਰਫ ਸ਼ੁਗਲ ਮੇਲੇ ਲਈ ਬਣੀਆਂ ਹੋਈਆਂ, ਔਰ ਯੂਨੀਵਰਸਲ ਟਰੁੱਥ ਹੈਗਾ। ਸਭ ਤੋਂ ਵੱਧ ਜਿਹੜੇ ਜੋਕ ਬਣੇ ਨੇ ਹਸਬੈਂਡ ਵਾਈਫ 'ਤੇ ਬਣੇ ਨੇ। ਇਸੇ ਤਰ੍ਹਾਂ ਇੱਕ ਸਵਾਲ ਸਾਨੂੰ ਹੋਰ ਪੁੱਛਿਆ ਸੀ ਸੁਖਦੇਵ ਸਮਰਾ ਇੰਡੀਆਨਾ ਤੋਂ, ਉਹਨਾਂ ਨੇ ਇਹ ਪੁੱਛਿਆ ਸੀ ਵੀ ਕੀ ਪਤਨੀ 'ਤੇ ਰੋਬ ਜਮਾਇਆ ਜਾ ਸਕਦਾ। ਦੇਖੋ ਜੀ, ਪਤਨੀ ਦੇ ਰੋਬ ਜਿਹੜਾ ਹੈਗਾ ਬਿਨਾਂ ਦੁੱਧ ਤੋਂ ਬਿਨਾਂ ਜਾਗ ਤੋਂ ਦਹੀਂ ਜੰਮ ਸਕਦਾ, ਜੱਗਾ ਦੁਬਾਰਾ ਜੰਮ ਸਕਦਾ, ਜੱਗਾ ਡਾਕੂ ਜਿਹੜਾ ਹੈਗਾ ਉਹ ਦੁਬਾਰਾ ਜੰਮ ਸਕਦਾ, ਪਤਨੀ ਦੇ ਉੱਪਰ ਰੋਬ ਨਹੀਂ ਜੰਮ ਸਕਦਾ। ਇਹ ਬਹੁਤ ਔਖਾ ਕੰਮ ਹੈਗਾ ਪਤਨੀ 'ਤੇ ਰੋਬ ਜਿਹੜਾ ਜਮਾਉਣਾ, ਇਹ ਸਭ ਤੋਂ ਔਖਾ ਕੰਮ ਸ਼ਾਇਦ ਇਹ ਹੀ ਹੈ। ਪਰ ਇਹਨੂੰ ਰੋਬ ਨਹੀਂ, ਇਹਨੂੰ ਕਹਿੰਦੇ ਵੀ ਹੈ ਅੰਡਰਸਟੈਂਡਿੰਗ ਕਹਿੰਦੇ ਆ। ਆਪਾਂ ਅਕਸਰ ਵੈਸੇ ਵੀ ਪਤਨੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਆਪਾਂ ਨੂੰ ਆਦਤ ਪਤਾ ਹੀ ਹੈ, ਪਹਿਲਾਂ ਹੋਰ ਹੁੰਦਾ, ਬਾਅਦ ਦੇ ਵਿੱਚ ਬਦਲ ਜਾਂਦਾ। ਪਰ ਪਤਨੀ ਤੋਂ ਬਿਨਾਂ ਘਰ ਨਹੀਂ ਚੱਲਦਾ। 2 ਮਹੀਨੇ ਜਦੋਂ ਪਤਨੀ ਪੇਕੇ ਚੱਲ ਜਾਂਦੀ ਹੈ ਤਾਂ ਫਿਰ ਪਤਾ ਲੱਗਦਾ ਕੀ ਭਾਅ ਵਿਖਦੀ ਹੈ। ਸੋ ਇਹ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਫਿਰ ਮੈਂ ਵਿਸ਼ੇ ਵੱਲ ਵੀ ਆਊਂਗਾ, ਨਾਲ ਦੀ ਨਾਲ ਗੱਲਾਂ ਬਾਤਾਂ ਇਹ ਸ਼ੁਗਲ ਮੇਲੇ ਦੀਆਂ ਜਿਹੜੀਆਂ ਹੈਗੀਆਂ, ਹੋਰ ਪਤੀ ਪਤਨੀ ਦੇ ਜੋਕ ਜਿਹੜੇ ਬਣੇ ਹੋਏ ਉਹਨਾਂ ਬਾਰੇ ਵੀ ਨਾਲ ਦੀ ਨਾਲ ਗੱਲ ਕਰਾਂਗੇ। ਤੁਸੀਂ ਨੰਬਰ ਡਾਇਲ ਕਰ ਲਓ ਅਤੇ ਨਾਲ ਦੀ ਨਾਲ ਤੁਹਾਡੇ ਫੋਨ ਵੀ ਆਪਾਂ ਲੈਣੇ ਸ਼ੁਰੂ ਕਰ ਦੇਣੇ ਆ। ਔਰ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਜਿਹੜਾ ਉਹ ਵੀ ਆਪਾਂ ਪਿੰਡਾਂ ਦਾ ਰੱਖਣਾ ਹੈਗਾ, ਪਿੰਡਾਂ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਜਿਹੜਾ ਹੁੰਦਾ ਸੀ ਜਾਂ ਅੱਜ ਕੱਲ੍ਹ ਵੀ ਹੈਗਾ। ਮੈਂ ਆਮ ਤੌਰ 'ਤੇ ਅਸੀਂ ਗੱਲ ਕਰੀ ਦੀ ਹੈ ਕਿ ਜੋ ਜਿਹੜੀਆਂ ਚੀਜ਼ਾਂ ਬੀਤ ਗਈਆਂ ਵੀ ਆਹ ਅਲੋਪ ਹੋ ਗਈਆਂ ਜੀ, ਅਸੀਂ ਉਹੀ ਰੌਲਾ ਪਾਈ ਦਾ ਜੀ, ਆਹ ਚੀਜ਼ ਹੁੰਦੀ ਸੀ ਅਲੋਪ ਹੋ ਗਈ ਜੀ, ਆਹ ਸਾਡਾ ਸੱਭਿਆਚਾਰ ਹੁੰਦਾ ਸੀ ਅਲੋਪ ਹੋ ਗਿਆ। ਅਸੀਂ ਅੱਜ ਗੱਲ ਕਰਨੀ ਹੈ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਹਜੇ ਵੀ ਇੱਥੋਂ ਤੱਕ ਕਿ ਸਾਡੇ ਨਾਲ ਇੱਥੇ ਤੱਕ ਆਈਆਂ ਹੋਈਆਂ ਨੇ, ਅਮੈਰੀਕਾ ਤੱਕ ਸਾਡੇ ਨਾਲ ਉਹ ਚੀਜ਼ਾਂ, ਚਾਹੇ ਅਸੀਂ ਉਹਨੂੰ ਵਿਰਸਾ ਕਹਿ ਲਈਏ, ਚਾਹੇ ਸਾਡੇ ਪੁਰਾਣੇ ਰੀਤੀ ਰਿਵਾਜ਼ ਕਹਿ ਲਈਏ, ਚਾਹੇ ਅਸੀਂ ਪੁਰਾਣੀਆਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਕਹਿ ਲਈਏ, ਉਹ ਸਾਡੇ ਨਾਲ ਇੱਥੇ ਤੱਕ ਸਾਡੇ ਨਾਲ ਸਫ਼ਰ ਕਰ ਰਹੀਆਂ ਨੇ, ਸਾਡੀ ਜ਼ਿੰਦਗੀ ਦੇ ਵਿੱਚ ਵਿਚਰ ਰਹੀਆਂ ਨੇ, ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਤਰੋ ਤਾਜ਼ਾ ਰਹਿੰਦੀਆਂ ਨੇ। ਇਹ ਵੀ ਗੱਲ ਮੈਂ ਤਾਂ ਵਿਸ਼ਾ ਰੱਖਣਾ ਇਹ ਕਿ ਮੇਰੇ ਨਾਲ ਵਾਪਰੀ ਹੋਈ ਆ, ਹਜੇ 2-4 ਦਿਨ ਹੋਏ, ਲੈ ਚੱਲ 15-20 ਦਿਨ ਲਾ ਲਓ, ਗੱਲ ਇਹ ਵਾਪਰੀ ਸੀ ਇੱਥੇ ਅਮੈਰੀਕਾ ਦੇ ਵਿੱਚ। ਅਤੇ ਮੈਂ ਕਿਹਾ ਕਿਉਂ ਨਾ ਫਿਰ ਉਹ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰ ਲਈਏ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਜਾਈ ਨੂੰ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ। ਗੱਲਬਾਤ ਚੱਲ ਰਹੀ ਸੀ, ਥੋੜ੍ਹਾ ਜਿਹਾ ਅੱਜ ਹੋ ਜਾਂਦਾ ਨਾ ਨਾ ਕਰਦੇ ਵੀ, ਜਿਵੇਂ ਕਿਸੇ ਦਿਨ ਲੀਡਰਾਂ ਦੀ ਕੋਈ ਵੀ ਗੱਲ ਕਰ ਲਓ ਵਿੱਚ ਲੀਡਰਾਂ ਦੀ ਗੱਲ ਆ ਜਾਂਦੀ ਹੈ, ਅਤੇ ਅੱਜ ਦੇ ਦਿਨ ਵੀ ਕੋਈ ਵੀ ਗੱਲ ਕਰ ਲਓ ਪਤੀ ਪਤਨੀ ਦੀ ਗੱਲ ਆ ਜਾਂਦੀ ਹੈ। ਔਰ ਸਿਆਣੇ ਕਹਿੰਦੇ ਆ ਵੀ ਘਰ ਦੇ ਵਿੱਚ 2 ਭਾਂਡੇ ਹੁਣ ਤਾਂ ਖੜਕਦੇ ਹੀ ਹੁੰਦੇ ਆ, ਕਹਿਣ ਤੋਂ ਭਾਵ ਵੀ ਮਾੜਾ ਮੋਟਾ ਤਾਂ ਲੋਕ ਚੋਕ ਹੁੰਦੀ ਹੈ, ਲੜਾਈ ਝਗੜਾ ਮਾੜਾ ਮੋਟਾ ਪਤੀ ਪਤਨੀ ਦੇ ਵਿੱਚ ਹੋ ਜਾਂਦਾ, ਕਈਆਂ ਦੇ ਵਿੱਚ ਨਹੀਂ ਹੁੰਦਾ। ਔਰ ਜਿਨ੍ਹਾਂ ਦੇ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਇਹੀ ਲੱਗਦਾ ਲੈ ਮੈਂ ਐਵੇਂ ਬੇਕੀ ਆ, ਮੈਂ ਕੌਣ ਮਾਰੀ ਜਾਂਦਾ ਐਵੇਂ, ਵੀ ਕਿੱਥੇ ਲੜਾਈ ਝਗੜਾ ਹੁੰਦਾ ਪਤੀ ਪਤਨੀ ਦੇ ਵਿੱਚ। ਜਿਨ੍ਹਾਂ ਦੇ ਹੁੰਦਾ ਜਾਂ ਜਿਹੜੀਆਂ ਪਤਨੀਆਂ ਪਤੀ 'ਤੇ ਰੋਬ ਜਮਾ ਕੇ ਰੱਖਦੀਆਂ, ਉਹ ਫਿਰ ਪਤੀ ਨਾਲੇ ਤਾਂ ਪ੍ਰੋਗਰਾਮ ਹੁਣ ਦੇਖਦੇ ਹੁਣ, ਨਾਲੇ ਟੇਢਾ ਟੇਢਾ ਘਰ ਵਾਲੀ ਦੇਖਦੇ ਨੇ, ਹੁਣ ਕਰ ਗੱਲ। ਸੋ ਇਹ ਸਾਰਾ ਕੁਛ ਇੱਕੋ ਜਿਹਾ ਨਹੀਂ ਹੁੰਦਾ। ਸੋ ਅਸੀਂ ਜਿਹੜੀ ਗੱਲ ਕਰਨੀ ਹੁੰਦੀ ਹੈ ਉਹਦੇ 'ਚ ਕੋਸ਼ਿਸ਼ ਕਰਨੀ ਵੀ ਥੋੜ੍ਹਾ ਬਹੁਤ ਹਾਸਾ ਨਿਕਲੇ, ਵੀ ਮਾੜੀ ਮੋਟੀ ਲੜਾਈ ਕਹਿੰਦੇ ਹੁੰਦੀ ਹੈ ਪਤੀ ਪਤਨੀ ਦੇ ਵਿੱਚ। ਇੱਕ ਕੋਈ ਪੇਕੇ ਕੁੜੀ ਦੇ ਦੂਰ ਸੀ, ਪਤੀ ਪਤਨੀ ਦੀ ਲੜਾਈ ਹੋ ਗਈ ਅਤੇ ਉਹਨੇ ਕੁੜੀ ਨੇ ਆਪਣੇ ਪੇਕਿਆਂ ਨੂੰ ਫੋਨ ਕੀਤਾ ਵੀ ਆਪਣੀ ਮੰਮੀ ਨੂੰ, ਮੰਮੀ ਸਾਡੀ ਲੜਾਈ ਹੋ ਗਈ ਆਪਸ ਦੇ ਵਿੱਚ। ਮੰਮੀ ਕਹਿੰਦੀ ਵੀ ਕੋਈ ਨਹੀਂ ਪੁੱਤ, ਕੋਈ ਨਹੀਂ, ਮਾੜਾ ਮੋਟਾ ਪਤੀ ਪਤਨੀ ਦੇ ਵਿੱਚ ਚੱਲਦਾ ਰਹਿੰਦਾ ਹੁੰਦਾ, ਕੋਈ ਨਹੀਂ ਟੈਨਸ਼ਨ ਨਾ ਲੈ। ਅਤੇ ਉਹ ਕੁੜੀ ਕਹਿੰਦੀ ਮੰਮੀ ਉਹ ਤਾਂ ਠੀਕ ਹੈ, ਮਾੜਾ ਮੋਟਾ ਪਤੀ ਪਤਨੀ ਦੇ ਵਿੱਚ ਚੱਲਦਾ ਰਹਿੰਦਾ, ਪਰ ਮੈਨੂੰ ਇਹ ਦੱਸੋ ਵੀ ਲਾਸ਼ ਦਾ ਕੀ ਕਰਨਾ ਹੁਣ, ਇੱਥੋਂ ਤੱਕ ਨਹੀਂ ਗੱਲ ਪਹੁੰਚਣੀ ਚਾਹੀਦੀ। ਵੈਸੇ ਵੀ ਜਿਹੜੀਆਂ ਪਤਨੀਆਂ ਨੇ ਨਾ ਖੁਸ਼ ਨਹੀਂ ਹੋਣਾ, ਉਹਨਾਂ ਨੇ ਨਹੀਂ ਹੋਣਾ, ਉਹਨਾਂ ਨੇ ਕੋਈ ਨਾ ਕੋਈ ਪਤੀ ਦੇ ਵਿੱਚ ਨੁਕਸ ਕੱਢ ਹੀ ਲੈਣਾ। ਅਤੇ ਪਤੀ ਨੇ ਜਿੰਨਾ ਮਰਜ਼ੀ ਪਤਨੀ ਫਿਰ ਮਤਲਬ ਚਾਹੇ ਗਲਤ ਹੋਵੇ, ਪਤੀ ਨੇ ਉਹਦੀ ਫੇਵਰ ਹੀ ਕਰਨੀ, ਉਹਦੀ ਤਾਰੀਫ ਹੀ ਕਰਨੀ ਆ। ਪਤਨੀ ਲੈ ਕੇ ਰੋਟੀ ਆ ਗਈ, ਜ਼ਿਆਦਾ ਸੜੀ ਹੋਈ, ਸੜੀ ਰੋਟੀ ਆ ਗਈ, ਪਤੀ ਨੇ ਦੇਖਿਆ ਤਾਂ ਉਹਦੇ ਐਂ ਔਖਾ ਜਿਹਾ ਵੀ ਇਹ ਹੁਣ ਖਾਣੀ ਪੈਣੀ ਆ, ਪਰ ਕਹਿ ਕੁਛ ਸਕਦਾ ਨਹੀਂ ਸੀ, ਕਹਿੰਦਾ ਵੈਰੀ ਨਾਈਸ, ਡਾਰਕ ਬਰਾਊਨ ਰੋਟੀ, ਬਰਾਊਨ ਰੋਟੀ, ਵੈਰੀ ਨਾਈਸ, ਬਹੁਤ। ਅਤੇ ਇੱਦਾਂ ਹੀ ਹੁਣ ਜਿਹਨੇ ਨਹੀਂ ਖੁਸ਼ ਹੋਣਾ, ਪਤਨੀ ਨੇ ਕਿਤੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰੇ ਲਈ ਆਂਡਾ ਬਣਾ ਕੇ ਲਿਆਓ, ਉਹ ਆਮਲੇਟ ਬਣਾ ਕੇ ਲੈ ਗਿਆ। ਪਤਨੀ ਬੈੱਡ 'ਤੇ ਬੈਠੀ ਸੀ, ਉਹਨੇ ਬਹਾਨਾ ਚਾਹੀਦਾ ਸੀ, ਕਹਿੰਦੀ ਨਹੀਂ 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 ਤੈਨੂੰ ਮੈਨੂੰ ਪੁੱਛਣਾ ਚਾਹੀਦਾ ਸੀਗਾ, ਮੈਂ ਆਮਲੇਟ ਖਾਣਾ ਸੀ ਕਿ ਉਬਲਿਆ ਆਂਡਾ ਖਾਣਾ ਸੀਗਾ, ਦੱਸੋ ਜੀ। ਫਿਰ ਅਗਲੀ ਵਾਰ ਉਹ ਉਬਲਿਆ ਲੈ ਗਿਆ ਅਤੇ ਫਿਰ ਉਹਨੇ ਕਿਹਾ ਵੀ ਨਹੀਂ 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 ਹੁਣ ਤੈਨੂੰ ਇਹ ਮੈਨੂੰ ਤੈਨੂੰ ਪੁੱਛਣਾ ਚਾਹੀਦਾ ਸੀਗਾ ਵੀ ਆਂਡੇ ਦੀ ਜਰਦੀ ਕੱਢਣੀ ਕਿ ਨਹੀਂ ਕੱਢਣੀ। ਸੋ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਆਪਾਂ ਚੱਲਦੇ ਹਾਂ ਵਿਸ਼ੇ ਵਾਲੇ ਪਾਸੇ।
वैसे तो विषय आ भी सारे विषय से जिहड़े शुरू तो गल की है वह भी विषय सगा भी की करना चाहिए इहो जिहे मौके च माँ बाप नूं जदों नूं इदां आ जाए जां किदां हो जाए बाहरले मुल्क दी कर कई हैगियां बहुत वधिया साढ़े एलए दे विच एक दोस्त ने त्रिलोचन रंगी उन्हां दी वाइफ अमेरिकन है पर उहने पंजाबी सिख ली आ पंजाबी सीख के वह इन्नी सेवा करती अपने सस सहुरे दी जिहदा हिसाब कोई नहीं और सानू असी भी जो उत्थे जाने कोई प्रोग्राम करन तो बहुत प्यार नाल मिलदी उहनां दे घर रहीदा सी और पंजाबी उन्नी नहीं आउंदी पर वह अपने सस सहुरे की गल पूरी समझ लैंदी है सो जिहड़ी इत्थे प्रॉब्लम जिहदी भी हैगी वह भी इह इदां हो जूगी गलबात कोई टेंशन लैण की लोड़ नहीं ये दुनियादारी हैगी है इदां ही चली जानी है। चलो एक लफज़ हैगा साडा पंजाबी दा ओड़ पोड़ जवाकां नूं शायद नहीं पता होगा अजकल दी पीढ़ी नूं इस लफ्ज़ का ज़्यादा नहीं पता होगा। ओड़ पोड़ जिहड़े हैगे साडे दादियां पड़दादियां तो चले आए ने और कारगर भी सिद्ध हुंदे सी कारगर तो भाव उन्हां दा फायदा भी हुंदा सी। सब तो पहला ओड़ पोड़ जिहड़े घर दे विच हुंदे सी उदों इह तां हुंदा नहीं सी वी डाक्टर दे फटाफट लै के 911 डायल कर दिओ जां उत्थे इंडिया दे विच जिहड़ा हैगा 108 डायल कर दो एंबूलेंस वास्ते जां पुलिस वास्ते 100 नंबर डायल कर दो ते पिंड दे विच वध तों देसी हकीम हुंदा सीगा पर बाकी सारे ओड़ पोड़ नाल कम चलदे सीगे। कोई बीमारी हो जाती ओड़ पोड़ चलते सीगे और चंगी गल ए है चंगे जिहड़े आसार ये ने चंगे साइन ये ने कि ओड़ पोड़ जिहड़े सीगे वह वापस आने शुरू हो गए जिवें बाकी सारा कुछ पुराना वापस आना शुरू हो गया फैशन पुराना शुरू हो गया आना लेडीज़ के सूट बंदियां दे कपड़े पुराने कुर्ते पजामे शुरू हो गए आ। उस तो बाद अगर असी गल करिए ਤਾਂ ਪੁਰਾਣੇ ਜਿਹੜੀਆਂ ਜੜੀ ਬੂਟੀਆਂ ਵਾਲੀਆਂ ਦਵਾਈਆਂ ਸੀ ਉਹ ਹੁਣ ਦੁਬਾਰਾ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਮਿੱਟੀ ਦੇ ਭਾਂਡੇ ਘੜੇ ਘੜਾ ਹੁਣ ਅਸੀਂ ਵੀ ਘੜਾ ਲੈ ਕੇ ਆਏ ਹਾਂ ਕੁੰਡੀ ਪਿੰਡਾਂ ਵਾਲੀ ਜਿਹੜੀ ਹੁੰਦੀ ਸੀ ਉਹ ਲੱਭ ਕੇ ਲਿਆਏ ਹਾਂ ਮਿਲਦੀ ਤਾਂ ਇੱਥੇ ਬਥੇਰੀ ਮਹਿੰਗੀ ਹੈ ਉਹ ਓੜ ਪੋੜ ਜਿਹੜੇ ਅੱਜ ਹੁਣ ਸਾਡੇ ਨਾਲ ਇੱਥੇ ਸ਼ੁਰੂ ਹੋ ਗਏ ਨੇ। ਮੈਂ ਇਹ ਵਿਸ਼ਾ ਤੁਹਾਡੇ ਨਾਲ ਤਾਂ ਸਾਂਝਾ ਕੀਤਾ ਸੀਗਾ ਕਰਨਾ ਸੀ ਵੀ ਸਾਡੇ ਘਰ ਇੱਥੇ ਅਸੀਂ ਹੁਣ ਸੈਕਰਾਮੈਂਟ ਜਦੋਂ ਆਏ ਹਾਂ ਨਿਊਯਾਰਕ ਤਾਂ ਖੈਰ ਜਗ੍ਹਾ ਹੀ ਨਹੀਂ ਹੁੰਦੀ ਸੀ ਨਿਊਯਾਰਕ ਤਾਂ ਜਗ੍ਹਾ ਹੀ ਉੱਨੀ ਕੁ ਹੁੰਦੀ ਸੀ ਪੂਰੀ ਪੂਰੀ ਮਸੀ ਸੈਕਰਾਮੈਂਟੋ ਆਏ ਤਾਂ ਪਿੱਛੇ ਵਿਹੜਾ ਕਾਫੀ ਵੱਡਾ ਅਤੇ ਦੋਸਤ ਮਿੱਤਰ ਸਲਾਹ ਦਿੱਤੀ ਵੀ ਇੱਥੇ ਤੁਸੀਂ ਲਾ ਦਿਓ ਵੇਲਾਂ ਵੂਲਾਂ ਲਾ ਦਿਓ ਵੇਲਾਂ ਲਾਤੀਆਂ ਖੀਰੇ ਵਗੈਰਾ ਹੋ ਗਏ ਅਤੇ ਪਰ ਘੀਏ ਕੱਦੂ ਦੀ ਜਿਹੜੀ ਵੇਲ ਸੀਗੀ ਉਹਨੂੰ ਫੁੱਲ ਲੱਗਦਾ ਸੀ ਸੁੱਕ ਜਾਂਦਾ ਸੀ ਸਮਝ ਨਹੀਂ ਆਉਂਦੀ ਸੀ ਕਰੀਏ ਕੀ। ਅਤੇ ਸਾਡੇ ਗਵਾਂਢੀ ਇੱਥੇ ਇੱਕ ਹੈਗੇ ਨੇ ਉਹਨਾਂ ਨੇ ਕਿਹਾ ਵੀ ਇਹਨੂੰ ਤੁਸੀਂ ਸੋਨੇ ਦਾ ਪਾਣੀ ਪਾਓ ਸੋਨਾ ਪਾਣੀ ਦੇ ਵਿੱਚ ਭਿਉਂ ਕੇ ਉਹ ਪਾਣੀ ਜਿਹੜਾ ਇਹਨੂੰ ਪਾਓ ਉਹਦੇ ਨਾਲ ਅਸੀਂ ਉਹ ਪੀਤਾ ਅਤੇ ਦੋਵਾਂ ਚੌਂ ਦਿਨਾਂ ਬਾਅਦ ਹੀ ਹੁਣ ਤਾਂ ਢੇਰਾਂ ਦੇ ਢੇਰ ਘੀਏ ਉਤਰਦੇ ਆ ਹੁਣ ਤਾਂ ਭਾਵੇਂ ਬਾਹਰ ਰੇਹੜੀ ਲਾ ਕੇ ਵੇਚਣ ਲੱਗ ਜਾਈਏ। ਸੋ ਮੈਂ ਇਹ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਸੀ ਇਹੋ ਜਿਹੇ ਕਿਹੜੇ ਹੋਰ ਓੜ ਪੋੜ ਹੈਗੇ ਆ ਇਹਦੇ 'ਚ ਕੀ ਕਾਰਨ ਹੈਗਾ ਇਹਦੇ 'ਚ ਕੀ ਕਾਰਨ ਹੈ ਕਿ ਇਹਦੇ ਨੂੰ ਅਸੀਂ ਪਾਣੀ ਪਾਇਆ ਜਾਂ ਵੇਲਾਂ ਨੂੰ ਪਾਣੀ ਪਾਇਆ ਸੋਨੇ ਵਾਲਾ ਤਾਂ ਉਹਨੂੰ ਲੱਗਣ ਲੱਗ ਪਿਆ ਸਾਰਾ ਕੁਛ ਪਹਿਲਾਂ ਲੱਗਦਾ ਨਹੀਂ ਸੀ ਕੀ ਇਹਦੇ 'ਚ ਕੀ ਕਮੀ ਹੈ ਜਿਹੜੇ ਸਾਡੇ ਹੁਣ ਸਾਰੇ ਦਰਸ਼ਕ ਨੇ ਜਿੰਨੇ ਤਕਰੀਬਨ ਉਹ ਪੰਜਾਬ ਦੇ ਵਿੱਚੋਂ ਖੇਤੀਬਾੜੀ ਕਰਦੇ ਆਏ ਨੇ ਅਤੇ ਖੇਤੀਬਾੜੀ ਦੇ ਵਿੱਚ ਇਹ ਚੀਜ਼ਾਂ ਆਮ ਹੁੰਦੀਆਂ ਸੀਗੀਆਂ ਔਰ ਇਹ ਚੀਜ਼ ਇੱਥੇ ਤਾਂ ਸਾਹਮਣੇ ਆਈ ਹੈ ਕਿਉਂਕਿ ਇੱਥੇ ਸਾਡੇ ਨਾਲ ਵਾਪਰੀ ਕਰਕੇ ਠੀਕ ਹੈ ਜੀ। ਸੋਨੇ ਦਾ ਪਾਣੀ ਪਾਉਣ ਨਾਲ ਵੇਲਾਂ ਨੂੰ ਕਿਹੜੀ ਐਸੀ ਤਾਕਤ ਮਿਲ ਗਈ ਹੈ ਕਿ ਉਹਨਾਂ ਨੇ ਆਪਣਾ ਘੀਏ ਲੱਗਣੇ ਸ਼ੁਰੂ ਹੋ ਗਏ ਜਾਂ ਇਉਂ ਕਹਿ ਲਓ ਫਲ ਦੇਣਾ ਸ਼ੁਰੂ ਕਰ ਦਿੱਤਾ ਇਹੋ ਜਿਹੇ ਹੋਰ ਕਿਹੜੇ ਓੜ ਪੋੜ ਪੁਰਾਣੇ ਹੁੰਦੇ ਸੀ ਜਾਂ ਤੁਸੀਂ ਵਰਤੇ ਨੇ ਚਾਹੇ ਉਹ ਖੇਤੀਬਾੜੀ ਨਾਲ ਸੰਬੰਧਿਤ ਹੈਗੇ ਨੇ ਚਾਹੇ ਉਹ ਸਾਡੇ ਸਰੀਰ ਨਾਲ ਸੰਬੰਧਿਤ ਹੈਗੇ ਨੇ ਜਾਂ ਮਤਲਬ ਕਿਹੜੀ ਬਿਮਾਰੀ ਵਾਸਤੇ ਕਿਹੜਾ ਓੜ ਪੋੜ ਕਰਦੇ ਸੀ ਨਾਲੇ ਨਿਆਣੇ ਪੁੱਛਣਗੇ ਭਾਈ ਓੜ ਪੋੜ ਕੀ ਹੁੰਦੇ ਆ ਫਿਰ ਨਿਆਣਿਆਂ ਨੂੰ ਵੀ ਦੱਸੋ ਵੀ ਓੜ ਪੋੜ ਆਹ ਚੀਜ਼ ਹੁੰਦੀ ਹੈ। ਅਸੀਂ ਅਗਰ ਗੱਲ ਕਰੀਏ ਬਹੁਤ ਸਾਰੇ ਓੜ ਪੋੜ ਜਿਹੜੇ ਹੈਗੇ ਨੇ ਓੜ ਪੋੜ ਅਸੀਂ ਕਹਿ ਦਿੰਦੇ ਹਾਂ ਜੁਗਾੜ ਕਹਿ ਲਓ ਚਾਹੇ ਕੋਈ ਕਹਿ ਲਓ ਬਾਹਲੇ ਇਹਦੇ 'ਚ ਇਹ ਹੁੰਦੇ ਸੀਗੇ ਕਈ ਤਾਂ ਉਹਨਾਂ ਨੂੰ ਆਪਾਂ ਨਹੀਂ ਛੇੜਨਾ ਜਿਹੜੇ ਉਹ ਟੂਣੇ ਟੱਪਿਆਂ 'ਤੇ ਆਪਾਂ ਕਰਦੇ ਹੁੰਦੇ ਸੀ ਵੀ ਆਹ ਬੰਦੇ ਨੂੰ ਹੈਗਾ ਆਹ ਨਜ਼ਰ ਉਤਾਰਤੀ ਜਾਂ ਆਹ ਕਰਤਾ ਜਾਂ ਉਹਨੂੰ ਮਿਰਚਾਂ ਵਾਲੀ ਉਹ ਇੱਕ ਅਲੱਗ ਵਿਸ਼ਾ ਅਸੀਂ ਸਰੀਰ ਨਾਲ ਸੰਬੰਧਿਤ ਅੱਜ ਕੱਲ੍ਹ ਵੀ ਹੁਣ ਇੱਥੇ ਸਾਨੂੰ ਜਦੋਂ ਕੋਈ ਦੱਸਦੇ ਨੇ ਔਰ ਅਸੀਂ ਜੇ ਪੰਜਾਬੀ ਸਟੋਰਾਂ ਦੀ ਗੱਲ ਕਰੀਏ ਤਾਂ ਉੱਥੇ ਉਹ ਸਾਰੀਆਂ ਜੜੀਆਂ ਬੂਟੀਆਂ ਮਿਲ ਜਾਂਦੀਆਂ ਜਿਹੜੀਆਂ ਇੰਡੀਆ ਨਹੀਂ ਮਿਲਦੀਆਂ ਔਰ ਉਹ ਸਾਡੇ ਸਰੀਰ ਵਾਸਤੇ ਚੰਗੀਆਂ ਨੇ ਕਹਿਣ ਤੋਂ ਭਾਵ ਜਿਹੜੀਆਂ ਜੜੀਆਂ ਬੂਟੀਆਂ ਦੀ ਜੇ ਗੱਲ ਕਰੀਏ ਆਯੁਰਵੈਦ ਦੀ ਗੱਲ ਹੁੰਦੀ ਉਹਦੇ 'ਚ ਆਯੁਰਵੈਦ ਦੇ ਨਾਲ ਸਾਰਾ ਕੁਛ ਬਹੁਤ ਕੁਛ ਠੀਕ ਹੁੰਦਾ ਔਰ ਉਹੀ ਓੜ ਪੋੜ ਜਿਹੜੇ ਹੈਗੇ ਨੇ ਵੀ ਕੀ ਕਹਿੰਦੇ ਹੁੰਦੇ ਦਿਸ਼ਾਂਦਾ ਦੇ ਦਿਓ
ਕਿਸੇ ਨੂੰ ਕੋਈ ਪ੍ਰੋਬਲਮ ਹੈ ਜ਼ੁਕਾਮ ਤੋਂ, ਜਾਂ ਫਿਰ ਕਾੜਾ ਹੁੰਦਾ ਸੀ ਕਿਸੇ ਚੀਜ਼ ਦਾ, ਕਾੜਾ ਬਣਾ ਕੇ ਦਿੰਦੇ ਹੁੰਦੇ ਸੀ। ਅਤੇ ਇਹੋ ਜਿਹੇ ਕਿਹੜੇ ਕਾੜੇ ਤੁਸੀਂ ਪੀਤੇ ਨੇ, ਕਿਹੜੇ ਕਾੜਿਆਂ ਨਾਲ ਠੀਕ ਹੁੰਦੇ ਸੀ, ਕਿਹੜੀਆਂ ਕਿਹੜੀਆਂ ਚੀਜ਼ਾਂ ਹੋਰ ਜਿਹੜੀਆਂ ਆਮ ਘਰਾਂ ਦੇ ਵਿੱਚ ਪਈਆਂ ਔਰ ਜ਼ਿੰਦਗੀ ਦੇ ਵਿੱਚ ਉਹ ਕੰਮ ਆਉਂਦੀਆਂ ਸੀ, ਇਹ ਸਾਰੀਆਂ ਗੱਲਾਂ ਆਪਾਂ ਅੱਜ ਕਰਨੀਆਂ ਤੁਹਾਡੇ ਨਾਲ, ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਵੀ ਜਿਹੜੀਆਂ ਉਹ ਸ਼ੁਰੂ ਕਰ ਦਿਆਂਗੇ। ਅਤੇ ਕਾਲਾਂ ਹੈਲੋ ਜੀ, ਸਤਿ ਸ਼੍ਰੀ ਅਕਾਲ। ਧਿਆਨ ਫੋਨ ਵੱਲ ਨਹੀਂ ਹੈ ਜੀ, ਦੁਬਾਰਾ ਗੱਲ ਕਰਨੀ ਪਏਗੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਜੀ। ਸਰ ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਨਿਊਯਾਰਕ ਤੋਂ ਬੈਨੀਪਾਲ ਸਾਹਿਬ ਬੋਲ ਰਿਹਾ ਜੀ। ਜੀ ਵਾਹ ਜੀ ਵਾਹ, ਨਿਊਯਾਰਕ ਸਾਡਾ ਪਹਿਲਾ ਪੁਰਾਣਾ ਸ਼ਹਿਰ ਤੁਹਾਡਾ। ਹਾਂਜੀ ਹਾਂਜੀ, ਨਿਊਯਾਰਕ ਦੇ ਨਜ਼ਾਰੇ, ਨਿਊਯਾਰਕ ਦੇ ਵੈਸੇ ਦੇਖਿਆ ਜਾਵੇ ਤਾਂ ਪੁਰਾਣੇ ਅਸੀਂ ਸਿਹਤ ਵਾਸਤੇ, ਜਾਂ ਮੈਂ ਗੱਲ ਜਿਵੇਂ ਕੀਤੀ ਆ ਵੀ ਅਸੀਂ ਕੱਦੂਆਂ ਦੀ ਵੇਲ ਨੂੰ, ਘੀਏ ਦੀ ਵੇਲ ਨੂੰ ਸੋਨੇ ਦਾ ਪਾਣੀ ਪਾਇਆ, ਮਾੜਾ ਹੋਲਡ ਰੱਖਿਆ, ਸੋਨੇ ਦਾ ਪਾਣੀ ਪਾਇਆ ਤੇ ਉਦੋਂ ਬਾਅਦ ਉਹ ਘੀਏ ਇੰਨੇ ਕੁ ਜ਼ਿਆਦਾ ਉਤਰਨ ਲੱਗ ਗਏ ਉਹਨੂੰ, ਜਿਨ੍ਹਾਂ ਦਾ ਹਿਸਾਬ ਕੋਈ ਨਹੀਂ ਸੀ, ਇੰਨੇ ਘੀਏ ਜ਼ਿਆਦਾ ਉਤਰਨ ਲੱਗ ਗਏ। ਇਹ ਕੀ ਚੀਜ਼ ਇਹਦੇ 'ਚ ਹੁੰਦੀ, ਕੀ ਹੁੰਦਾ ਓੜ ਪੋੜ ਜਿਹੜੇ? ਉਹ ਜਿੱਦਾਂ ਆਪਾਂ ਕਹਿੰਦੇ ਆਣ ਹੁੰਦੀ ਹੈ, ਆਣ ਕਿਸੇ ਚੀਜ਼ ਨੂੰ। ਹਾਂਜੀ, ਪੰਜਾਬੀ 'ਚ ਹਾਂਜੀ ਆਪਾਂ ਕਹਿੰਦੇ ਵੀ ਆਣ ਆ ਇਹਨੂੰ। ਹਾਂ, ਉਹ ਆਣ ਦੇ, ਉਹ ਆਣ ਕਰਕੇ ਫਿਰ ਕੱਦੂਆਂ ਨੂੰ ਸੋਨੇ ਦਾ ਪਾਣੀ ਪਾਵਾਂਗੇ ਜੇ ਘੀਏ ਨੂੰ ਜਾਂ ਹੋਰ। ਹਾਂਜੀ, ਉਹ ਫਿਰ ਕੱਦੂ ਹੀ ਲੱਗਣੇ ਉਹਨਾਂ ਨੂੰ ਆਣ। ਨਹੀਂ, ਸੋਨੇ ਦੇ ਪਾਣੀ ਨਾਲ ਕਿਹੜੀ ਚੀਜ਼ ਦੀ ਕਮੀ ਸੀਗੀ ਜਿਹੜੀ ਸਾਨੂੰ ਇਹ ਲੱਗਦਾ ਸੀ ਪਤਾ ਨਹੀਂ ਕੋਈ ਜਾਨਵਰ ਖਾ ਜਾਂਦਾ ਜਾਂ ਕੋਈ ਆਹ ਪੰਛੀ ਖਾ ਜਾਂਦੇ ਨੇ, ਪਰ ਇਹ ਸੋਨੇ ਨਾਲ ਇਹੋ ਜਿਹੀ ਕਿਹੜੀ ਚੀਜ਼ ਹੋ ਗਈ ਜੀ? ਹਾਂਜੀ, ਨਹੀਂ ਨਹੀਂ ਉਹ ਪੰਛੀ ਨਹੀਂ ਖਾਂਦੇ, ਨਾ ਗਿਆ ਥੱਲੇ ਕੀੜਾ ਲੱਗ ਜਾਂਦਾ ਇੱਕ। ਅੱਛਾ ਅੱਛਾ ਅੱਛਾ, ਹਾਂ ਫਿਰ ਉਹ ਸੋਨੇ ਦੇ ਪਾਣੀ ਨਾਲ, ਸੋਨੇ ਦੇ ਪਾਣੀ ਪਾ ਦਿੰਦੇ ਆ ਆਪਾਂ ਜਦੋਂ। ਹਾਂਜੀ, ਉਹ ਫਿਰ ਕੀੜਾ ਮਰ ਜਾਂਦਾ। ਅੱਛਾ, ਆਣ ਹੁੰਦੀ ਆ, ਆਣ ਆਪਾਂ ਨੂੰ ਆਣ ਕਹਿੰਦੇ ਨੇ, ਆਣ ਹੋ ਗਈ ਉਹਨੂੰ ਵੀ, ਆਣ ਹੋ ਗਈ ਇਹਨੂੰ ਕੀੜੇ ਨੂੰ ਤਾਂ ਮਰ ਗਿਆ। ਅੱਛਾ, ਆਣ, ਕਿਆ ਬਾਤ ਹੈ ਕਿਆ ਬਾਤ ਹੈ ਜੀ। ਦੇਖੋ ਕੈਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਕੋਈ ਆਪਸ ਵਿੱਚ ਲੈਣ ਦੇਣ ਨਹੀਂ ਹੈ, ਔਰ ਇਹ ਚੀਜ਼ਾਂ ਸਾਰੀਆਂ ਕੰਮ ਆਉਂਦੀਆਂ ਸੀ ਆਪਣੇ। ਹਾਂਜੀ ਹਾਂਜੀ ਹਾਂਜੀ, ਵਾਹ ਜੀ ਵਾਹ। ਤੇ ਹੋਰ ਕੋਈ ਓੜ ਪੋੜ ਯਾਦ ਹੈ ਜੀ ਪੁਰਾਣਾ? ਮੈਂ ਕਹਿੰਦਾ ਤੁਸੀਂ ਸਾਡੇ ਇੱਥੇ ਕੈਲੀਫੋਰਨੀਆ, ਸੋਰੀ ਆਪਣੇ ਇੱਥੇ ਆ ਕੇ ਦੇਖਿਓ ਨਿਊਯਾਰਕ ਦੇ ਵਿੱਚ ਸਾਡੇ ਕਿੰਨੀਆਂ ਸਬਜ਼ੀਆਂ ਬੀਜੀਆਂ ਹੋਈਆਂ, ਪੁਦੀਨੇ ਤੋਂ ਲੈ ਕੇ ਮਿਰਚਾਂ, ਕੀ ਸ਼ਿਮਲਾ ਮਿਰਚ, ਕੀ ਹੋ ਇੱਥੇ ਵੀ ਸਾਰਿਆਂ ਨੇ। ਹਾਂਜੀ ਹਾਂਜੀ ਹਾਂਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ। ਸਾਰਾ ਜਗਾੜ ਰੱਖਣਾ ਪੈਂਦਾ ਫਿਰ, ਹਾਂਜੀ ਹਾਂਜੀ, ਪਾਣੀ ਪਾਉਣਾ ਕਿੱਦਾਂ ਦਾ ਨਹੀਂ। ਚਲੋ ਮਿਹਰਬਾਨੀ ਜੀ, ਕਰਦੇ ਸਾਡੇ ਹੋਰ ਦਰਸ਼ਕਾਂ ਨਾਲ ਗੱਲਬਾਤ, ਔਰ ਅੱਜ ਵੀ ਕਾਲਾਂ ਤੜਾ ਤੜ ਭਰੀਆਂ ਪਈਆਂ ਨੇ, ਪਰ ਮੈਨੂੰ ਇੱਕ ਬ੍ਰੇਕ ਲੈਣੀ ਪੈਣੀ ਆ। ਕਾਲਾਂ ਤੁਸੀਂ ਇਸੇ ਤਰ੍ਹਾਂ ਹੋਲਡ ਰੱਖਿਓ, ਬ੍ਰੇਕ ਤੋਂ ਬਾਅਦ ਆਪਾਂ ਫਟਾਫਟ ਗੱਲਾਂ ਬਾਤਾਂ ਕਰਾਂਗੇ ਇਸ ਓੜ ਪੋੜ ਦੀਆਂ, ਸਾਡੇ ਸਰੀਰ ਨਾਲ ਸੰਬੰਧਿਤ, ਚਾਹੇ ਅਸੀਂ ਜਿਵੇਂ ਆ ਖੇਤੀਬਾੜੀ ਦੀ ਗੱਲ ਕੀਤੀ ਜਾਂ ਘਰੇਲੂ ਚੀਜ਼ਾਂ ਦੀ ਗੱਲਬਾਤ ਕੀਤੀ ਹੈ, ਕੀ ਓੜ ਪੋੜ ਹੁੰਦੇ ਸੀ ਅਤੇ ਕਿਹੜੇ ਕਿਹੜੇ ਲੱਗਦਾ ਕਿ ਹੁਣ ਬੈਗੇ ਲਾ ਰਹੇ ਨੇ ਸਾਡੀ ਜ਼ਿੰਦਗੀ ਦੇ ਵਿੱਚ, ਫੇਰ ਆ ਰਹੇ ਨੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਸਵਾਗਤ ਹੈ ਜੀ, ਗੱਲਬਾਤ ਚੱਲ ਰਹੀ ਹੈ ਓੜ ਪੋੜ ਦੀ। ਓੜ ਪੋੜ ਇਕੱਲੇ ਸਾਡੇ ਆਪਸ ਸਰੀਰ ਦੇ ਨਹੀਂ ਸੀ ਹੁੰਦੇ ਸੀ, ਖੇਤੀਬਾੜੀ ਦੇ ਨਹੀਂ ਹੁੰਦੇ ਸੀਗੇ, ਪਸ਼ੂਆਂ ਦੇ ਡੰਗਰਾਂ ਦੇ ਵੀ ਹੁੰਦੇ ਸੀ ਓੜ ਪੋੜ ਜਿਹੜੇ ਹੈਗੇ ਨੇ। ਔਰ ਅਗਰ ਅਸੀਂ ਗੱਲ ਕਰੀਏ ਸ਼ਹਿਰਾਂ ਦੇ ਵਿੱਚ, ਤਾਂ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਸਾਡੀਆਂ ਦਾਦੀਆਂ ਪੜਦਾਦੀਆਂ ਹੁੰਦੀਆਂ ਸੀ, ਉਹ ਵੀ ਕੋਈ ਨਾ ਕੋਈ ਓੜ ਪੋੜ ਘਰਾਂ ਦੇ ਵਿੱਚੋਂ ਹੀ ਕਰਕੇ ਕੰਮ ਸਾਰ ਦਿੰਦੀਆਂ ਸੀਗੀਆਂ। ਨਿਆਣਾ ਢਿੱਲਾ ਮੱਠਾ ਹੋਇਆ ਕੋਈ, ਚਾਹੇ ਬੰਦਾ ਕੋਈ ਬਿਮਾਰ ਹੋਇਆ, ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ, ਲੈਣੇ ਤੁਹਾਡੀਆਂ ਕਾਲਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਦਰਸ਼ਨ ਜੀ, ਸਵਾਗਤ ਤੁਹਾਡਾ। ਹਾਂਜੀ, ਬਹੁਤ ਅੱਛਾ ਵਿਸ਼ੇ ਆ ਓੜ ਪੋੜ ਦਾ। ਹਾਂਜੀ, ਉਦਾਹਰਨ ਦਿੰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਐਲੋਪੈਥਿਕ ਦਵਾਈਆਂ ਖਾਂਦੇ ਹਾਂ, ਜਿਸ ਤਰ੍ਹਾਂ ਮੈਂ ਮਤਲਬ ਖਾ ਲਈ ਦੀ ਹੈ ਡਾਇਬਿਟਿਕ ਦੀ ਦਵਾਈ ਖਾਂਦੇ ਹਾਂ, ਠੀਕ ਹੈ ਨਾ। ਉਸ ਨਾਲ ਅਸੀਂ ਓੜ ਪੋੜ ਕਰਦੇ ਰਹਿੰਦੇ ਹਾਂ ਜੀ, ਕਿ ਚਲੋ ਕੋਈ ਕੜਵੀ ਚੀਜ਼ ਖਾ ਲਈ, ਕਰੇਲੇ ਦਾ ਪਾਣੀ ਪੀ ਲਿਆ, ਇਹ ਓੜ ਪੋੜ ਨੇ। ਆਯੁਰਵੈਦਿਕ ਦਵਾਈਆਂ ਜੀ ਲਿਖੀਆਂ, ਹਲਦੀ ਦਾ ਇਸਤੇਮਾਲ ਕਰ ਲਿਆ, ਜਿਹੜੀਆਂ ਕਿ ਅਸੀਂ ਸਾਰੀਆਂ ਹੁਣ ਦਵਾਈਆਂ ਦਾ ਅਸੀਂ ਯੂਜ ਕਰ ਰਹੇ ਹਾਂ ਜੋ ਸਾਡੇ ਪਿੱਛੇ ਕਰਦੇ ਸਨ। ਫਾਂਸੀ ਲੱਗੀ ਤੇ ਦੁਸ਼ਾਂਦੇ ਦਾ ਲੈ ਲਓ, ਬਜਾਏ ਐਲੋਪੈਥੀ ਸਿਰਪ ਲਵੋ, ਉਹਦੇ ਨਾਲ ਡਰਾਈਨੈਸ ਵੀ ਹੋ ਜਾਂਦੀ ਹੈ, ਤੇ ਅਸੀਂ ਉਹ ਫਿਰ ਲੈਂਦੇ ਹਾਂ, ਦੂਸਰੀਆਂ ਚੀਜ਼ਾਂ ਲੈਂਦੇ ਹਾਂ ਤਾਂ ਕਿ ਠੀਕ ਰਹੇ। ਅਦਰਕ ਤਾਂ ਸ਼ਾਇਦ ਮੇਰੇ ਨਾ ਜੀ, ਮੇਰੇ ਓੜ ਪੋੜ ਕਹਿੰਦੇ, ਮੇਰੀ ਇੱਕ ਪ੍ਰੋਬਲਮ ਸੀਗੀ ਜਿਹੜੀ, ਨਾ ਤਾਂ ਇੰਡੀਆ 'ਚ ਕਿਸੇ ਕੋਲ ਸੂਤ ਆਈ, ਮੈਨੂੰ ਨਾ ਡਕਾਰ ਨਹੀਂ ਆਉਂਦੇ, ਡਕਾਰ ਜਿਵੇਂ ਹੜ ਹੁੰਦੇ ਆ, ਹਟਦੇ ਨਹੀਂ ਸੀਗੇ। ਇੰਡੀਆ ਤੋਂ ਵੀ ਦਵਾਈ ਖਾ ਲਈ ਸਾਰੇ, ਦੇਸੀ ਵੀ ਖਾ ਲਈ, ਐਲੋਪੈਥੀ ਦੀ ਵੀ ਖਾ ਲਈ, ਨਿਊਯਾਰਕ ਤੋਂ ਵੀ ਖਾ ਲਈ, ਇੱਥੇ ਵੀ ਆ ਕੇ ਖਾ ਲਈ,
ਠੀਕ ਨਹੀਂ ਹੋਏ ਤਾਂ ਮੈਨੂੰ ਫਿਰ ਇੰਡੀਆ ਤੋਂ ਇੱਕ ਡਾਕਟਰ ਸਾਡੇ ਆਇਆ ਸੀ ਇੱਥੇ, ਉਹਨੇ ਓੜਪੋੜ ਦੱਸਿਆ ਇੱਕ। ਬਿਲਕੁਲ ਹਾਂ, ਓੜਪੋੜ ਇਹ ਸੀ ਵੀ ਇਹ ਜਿਹੜੀ ਹਿੰਗ ਹੁੰਦੀ ਛੋਟੀ ਹਿੰਗ, ਕੀ ਕਹਿੰਦੇ ਹੁੰਦੇ ਆ, ਹਰੜ ਹਰੜ ਯੰਗ ਹਰੜ, ਉਹਨੇ ਕਿਹਾ ਵੀ ਉਹ ਮੂੰਹ 'ਚ ਰੱਖ, ਉਹ ਮੂੰਹ 'ਚ ਰੱਖੀ। ਮੈਂ ਜਮਾਂ ਠੀਕ ਹੋ ਗਿਆ, ਮੈਂ ਕਿਹਾ ਇੰਨੇ ਸਾਲ ਹੋ ਗਏ, ਚਾਰ ਪੰਜ ਸਾਲ ਮੈਨੂੰ ਧੱਕੇ ਖਾਂਦੇ। ਓੜ ਤੋੜ ਔਰ ਵੈਸੇ ਚੀਜ਼ਾਂ ਬਿਲਕੁਲ ਠੀਕ ਨੇ, ਸਾਡੀ ਸਿਹਤ ਨੂੰ ਨੁਕਸਾਨ ਨਹੀਂ ਕੋਈ ਦਿੰਦੀਆਂ। ਹਾਂ, ਔਰ ਜੇ ਗੋਡੇ ਦਰਦ ਨੇ, ਇਹ ਦਰਦ ਨੇ, ਛੋਟੀਆਂ ਮੋਟੀਆਂ ਚੀਜ਼ਾਂ ਨਾਲ ਤੁਸੀਂ ਕਰਦੇ ਰਹੋ ਜੀ, ਤੇ ਇਹਦੀ ਲੌਂਗ ਰਨ ਤੁਸੀਂ ਠੀਕ ਰਹਿੰਦੇ ਹੋ। ਬਿਲਕੁਲ ਬਿਲਕੁਲ ਜੀ, ਬਹੁਤ। ਤੇ ਦੂਸਰਾ ਇੱਕ ਜੋਕ ਹੈ ਪਤੀ ਪਤੀ ਦਾ ਉੱਤੇ, ਜ਼ਰੂਰ, ਕਿ ਅਗਰ ਤੁਹਾਡੇ ਹਸਬੈਂਡ ਖਾਣੇ ਦੀ ਮੇਜ਼ ਦੇ ਉੱਤੇ ਅਚਾਰ ਮੰਗਦੇ ਨੇ, ਫਰਜ਼ ਕਰ ਲਓ, ਹਾਂਜੀ, ਤਾਂ ਤੁਸੀਂ ਸਮਝੋ ਕਿ ਤੁਹਾਡੀ ਸਬਜ਼ੀ 'ਚ ਦਮ ਨਹੀਂ ਹੈ। ਪਰ ਇਹ ਵੀ ਸਮਝ ਲਓ, ਪਰ ਇਹ ਵੀ ਸਮਝੋ ਕਿ ਅਗਰ ਤੁਹਾਡੇ ਪੱਤੀ ਵਿੱਚ ਵੀ ਦਮ ਨਹੀਂ ਹੈ ਕਿ ਉਹ ਕਹਿ ਸਕੇ ਕਿ ਸਬਜ਼ੀ 'ਚ ਦਮ ਨਹੀਂ। ਕੀ ਬਾਤ, ਕਿਆ ਬਾਤ ਆ ਜੀ, ਬਹੁਤ ਵਧੀਆ, ਬੜੀ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ। ਵਾਕਿਆ ਮੈਨੂੰ ਵੀ ਇੱਕ ਯਾਦ ਆ ਗਿਆ, ਮੈਂ ਵੀ ਦੇਖਦਾ ਬਾਅਦ ਸੁਣਾਉਣਾ ਹੁਣ ਸ਼ਾਇਦ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਪੈਰੀ ਪੈਂਦੇ ਜੀ, ਮੈਂ ਪਹਿਲਾਂ ਵੀ ਤੁਹਾਡਾ ਫੋਨ ਚੱਕਿਆ ਮਾਸੀ ਜੀ, ਤੁਹਾਨੂੰ ਲੋਕੀ ਬੜੇ ਯਾਦ ਕਰਦੇ ਨੇ, ਕਹਿੰਦੇ ਹਾਂਜੀ ਜਿਉਂਦਾ ਬਾਦ ਆ ਰਾਜ ਜੱਗੀ ਸਾਹਿਬ, ਹਾਂ ਮੈਂ ਤੈਨੂੰ ਗੋਰੀ ਦਾ ਦੱਸਦੀ ਆ, ਪਹਿਲਾਂ ਗੋਰੀ ਦਾ ਦੱਸੂਗੀ ਹੈਂ। ਅੱਛਾ, ਤੇ ਉਹ 80-82 ਤੋਂ ਪਹਿਲਾਂ ਨਾ ਅਸੀਂ ਜੀ 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 ਬੋਲੋ ਬੋਲੋ ਬੋਲੋ, ਹਾਂ ਮੇਰਾ ਫੋਨ ਨਾ ਕਰੇ, ਮੈਂ ਤੁਹਾਨੂੰ ਸਾਰੇ, ਮੈਂ ਕਿਹਾ ਜੀ ਸੌ ਲੱਗੇ ਵੱਡੇ ਮਹਾਰਾਜ ਜੀ, ਮੈਂ ਫੋਨ ਨਹੀਂ ਕਰਦਾ। ਹਾਂ, ਤੇ ਫੇਰ ਨਾ ਗੋਰੀ ਦੇ ਪਾਰ ਬੜਾ ਸੋਹਣਾ ਸੂਟ, ਤੇ ਮੇਰੀਆਂ ਕੁੜੀਆਂ ਮੋਗੇ ਪੜ੍ਹਦੀਆਂ ਸੀ ਨਾ, ਤੇ ਫੇਰ ਉੱਥੇ ਗੋਰੀ ਇੱਧਰੋਂ ਗਈ ਆਪਣੇ ਅਮੈਰੀਕਾ ਤੋਂ ਖਾਣੀ ਕੈਨੇਡਾ ਤੋਂ, ਇੰਨਾ ਸੋਹਣਾ ਸੂਟ ਪਾਇਆ ਵਾ ਤੇ ਮੁੰਡਾ ਵਿਆਹ ਕਰਾ ਕੇ ਲੈ ਕੇ ਗਿਆ ਗੋਰੀ ਨਾਲ, ਤੇ ਹੁਣ ਸਾਡੇ ਪੰਜਾਬੀ ਮਸੀਕਣ ਨਾਲ ਕਰਾ ਲੈ, ਗੋਰੀਆਂ ਨਾਲ ਕਰਾ ਲੈ, ਕੋਈ ਫਰਕ ਨੀ ਪੈਂਦਾ। ਤੇ ਹੁਣ ਦੇ ਲੈ ਮੇਰੇ ਕੋਲ ਇੱਥੇ ਗੋਰੀ ਆਉਂਦੀ ਆ, ਗੋਰੀ ਮੈਨੂੰ ਸਾਂਭਣ ਪਏ ਥੋੜੇ ਜਿਹੇ ਨਾ, ਮੈਂ ਬਿਮਾਰ ਰਹਿੰਦੀ ਹਾਂ, ਤੇ ਮੈਂ ਸਾਰਾ ਉਹਦਾ ਹਾਲ ਚਾਲ ਪੁੱਛਦੀ ਹਾਂ, ਸਮਝ ਲੈਂਦੀ ਹਾਂ, ਮੈਨੂੰ ਚਾਹ ਵੀ ਕਰਕੇ ਦੇ ਜਾਂਦੀ ਹੈ, ਭਾਂਡੇ ਮਾਂਜ ਕੇ ਦੇ ਜਾਂਦੀ, ਮੈਨੂੰ ਦਾਲ ਪਾਣੀ ਬਣਾ ਕੇ ਦੇ ਜਾਂਦੀ। ਹਾਲ ਚਾਲ ਕਿੱਦਾਂ ਪੁੱਛਦੇ ਪੁੱਛ ਕੇ ਦੱਸੋ ਮੈਨੂੰ, ਪੁੱਛੋ ਹਾਲ। ਹਾਂਜੀ, ਤੇ ਜਿਹੜਾ ਹੈਗਾ ਓੜ ਫੋੜ, ਓੜ ਫੋੜ ਸਿਉਣੇ ਦੇ ਵਿੱਚ ਦੱਸਦੇ ਨਾ, ਇੱਕ ਮਿੰਟ ਸਿਉਣਾ ਪਾਤਾ ਘੋਲ ਕੇ, ਉਹ ਸਿਉਣਾ ਧਰਤੀ ਚੋਂ ਨਿਕਲਦਾ ਕਾਕਾ ਜੀ। ਅੱਛਾ ਜੀ, ਠੀਕ ਹੈ। ਅੱਛਾ, ਹੈਲੋ ਹੈਲੋ, ਮੇਰੀ ਗੱਲ ਸੁਣੋ, ਮੈਂ ਕਿਹਾ ਉਹਨੂੰ ਗੋਰੀ ਨੂੰ ਹਾਲ ਕਿਵੇਂ ਪੁੱਛਦੇ, ਉਹ ਤਾਂ ਦੱਸ ਦਿਓ ਮੈਨੂੰ, ਪੁੱਛੋ ਹਾਲ ਗੋਰੀ ਨੂੰ ਜਿੱਦਾਂ ਪੁੱਛਦੇ ਅੰਗਰੇਜ਼ੀ। ਅੱਛਾ, ਹਾਲ ਚਾਲ ਮੈਂ ਪੁੱਛਿਆ ਤੁਹਾਡਾ, ਹਾਂ ਅੰਗਰੇਜ਼ੀ ਚ ਮੈਂ ਪੁੱਛ ਰਿਹਾ ਵੀ ਜਗੀ ਸਾਹਿਬ। ਹਾਂਜੀ ਹਾਂਜੀ, ਹਾਲ ਜਗੀ ਸਾਹਿਬ ਨਾ, ਦੂਜਾ ਆਪਣਾ ਵੀ ਇੰਗਲਿਸ਼ ਬੋਲਣਾ ਕਿ ਪੰਜਾਬੀ? ਇੰਗਲਿਸ਼ ਇੰਗਲਿਸ਼ ਜਿਵੇਂ ਗੋਰੀ ਨੂੰ ਪੁੱਛਦੇ, ਉਹਨੂੰ ਜਿਹੜੀ ਤੁਹਾਡਾ ਧਿਆਨ ਰੱਖਦੀ ਆ। ਅੱਛਾ, ਹਾਂ ਮੈਂ ਬੋਲਦੀ ਆ ਵੀ ਜਗੀ ਸਾਹਿਬ ਕੀ ਹਾਲ ਚਾਲ ਆ, ਕੀ ਹੋ ਤੁਸੀਂ, ਵਧੀਆ ਵਿਸ਼ਾ ਲਿਆਉਂਦੇ ਹੋ? ਓ ਮਾਈ ਗੋਡ, ਓ ਮਾਈ ਗੋਡ, ਮਾਈ ਹੈਲਪ, ਮਾਈ ਹੈਲਪ। ਚਲੋ ਚਲੋ ਠੀਕ ਆ, ਹਾਊ ਆਰ ਯੂ ਨੇ ਕਹਿੰਦੇ, ਹਾਊ ਆਰ ਯੂ ਕਾਲ ਆ ਰੱਬ ਨੂੰ ਕਹਿੰਦੇ ਆ, ਰੱਬ ਨੂੰ ਹੈ। ਨਹੀਂ ਨਹੀਂ ਨਹੀਂ, ਬਸ ਮੇਰੀ ਗੱਲ ਸੁਣੋ। ਹਾਂ ਵੀ ਜੇ ਕੀ ਸਾਰਾ ਹੁਣ ਤੋਂ ਹੋਰ ਵੀ ਕਾਲ ਲੈਨੇ ਬੇਟਾ, ਠੀਕ ਹੈ, ਜਿਉਂਦਾ ਬਾਦਰ ਆ ਕੇ ਮੇਰਾ ਹਸਬੈਂਡ, ਹਸਬੈਂਡ ਹਸਬੈਂਡ ਵੀ ਇਹ ਜਾਣ ਦੇ ਅੱਗੇ, ਗੋਰੀ ਕਹਿੰਦੇ ਮੇਰਾ ਹਸਬੈਂਡ, ਮਾਈ ਹਸਬੈਂਡ। ਚਲੋ ਹਾਂਜੀ, ਨਹੀਂ ਮੈਂ ਪੁੱਛਣਾ ਸੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਮੈਂ ਜਿਹੜੀ ਗੱਲ ਪੁੱਛਣ ਲੱਗਾ ਸੀਗਾ ਸਾਡੇ ਦਰਸ਼ਕਾਂ ਵਾਸਤੇ ਵੀ ਇਹ ਪੁੱਛਣਾ ਸੀ ਵੀ ਚਾਹ ਦਾ ਉਹਨੂੰ ਕਿਵੇਂ ਪੁੱਛਦੇ ਸੀ ਵੀ ਚਾਹ ਪੀਣੀ ਆ ਜੇ ਗੋਰੀ ਨੂੰ ਪੁੱਛਦੇ ਸੀ ਤਾਂ। ਹੈਲੋ ਹੈਲੋ ਜੀ 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 ਸਰ, ਕੀ ਹਾਲ ਵੀਰ ਜੀ? ਮੈਂ ਕਿਹਾ ਜੀ ਕਿਰਪਾ ਕਿਰਪਾ ਆਸ਼ੀਰਵਾਦ ਤੁਹਾਡਾ, ਕਿਰਪਾ ਪਰਮਾਤਮਾ ਦੀ। ਹਾਂਜੀ, ਆਸ਼ੀਰਵਾਦ ਉਹਦਾ ਜੀ ਉੱਪਰ ਆਇਆ। ਹਾਂਜੀ, ਬਾਕੀ ਭਰਾਵਾਂ ਦਾ ਮੇਲ ਜਿਹੜਾ ਨਾ ਉਹ ਬੜਾ ਪਿਆਰਾ। ਵਾਹ ਜੀ ਵਾਹ, ਤੁਸੀਂ ਤਾਂ ਪੱਗ ਬੰਨ ਕੇ ਆਏ ਨੇ ਸਾਹਮਣੇ ਨਾ ਆਏ ਹੋਏ। ਵਾਹ ਜੀ ਵਾਹ, ਕੀ ਕਹਿੰਦਾ ਭੱਜ ਕੇ ਆ ਗਿਆ, ਸ਼ਾਹ ਘੋਟ ਆ ਗਿਆ, ਮਿਲ ਲਓ ਇਹਨੂੰ। ਮੈਂ ਤੇ ਆਪ ਜਦੋਂ ਹੁਣ ਇਦਾਂ ਗੱਲਾਂ ਬਾਤਾਂ ਕਰੀ ਦੀਆਂ ਘੰਟੇ ਦਾ ਪਤਾ ਹੀ ਨਹੀਂ ਲੱਗਦਾ, ਹਾਲਾਂਕਿ ਮੈਂ ਹੁਣ ਪ੍ਰੋਗਰਾਮ ਇੱਥੇ ਘਰ ਹੀ ਸਾਰਾ ਸੈੱਟ ਲਾਇਆ ਹੋਇਆ, ਹਜੇ ਫਿਲਹਾਲ ਸਟੂਡੀਓ ਸਾਡਾ ਤਿਆਰ ਹੋ ਰਿਹਾ, ਪਰ ਇਹ ਵੀ ਪਹਿਲਾਂ ਵਧੀਆ ਸੀਗਾ, ਸਟੂਡੀਓ ਤੋਂ ਆਈਦਾ ਸੀ ਘਰੇ ਆਰਾਮ ਨਾਲ, ਚਲੋ ਤੇ ਹੁਣ ਘਰੇ ਹੀ ਥੱਲੋਂ ਉੱਠ ਕੇ ਉੱਪਰ ਪ੍ਰੋਗਰਾਮ ਕਰ ਲਈਦਾ, ਫਿਰ ਥੱਲੇ ਚੱਲ ਜਾਈਦਾ, ਚਲੋ ਚੱਲੀ ਜਾਂਦਾ, ਇੱਥੇ ਹੀ ਮਤਲਬ ਕੰਮ ਕਰ ਲਈਦਾ, ਕਹਿਣ ਤੋਂ ਭਾਵ ਇੱਥੇ ਲੜ ਲੁੜੇ ਦੇ ਇੱਥੇ ਕੰਮ ਨਿਪਟ ਜਾਂਦਾ ਕੰਮ ਸਾਰਾ। ਬਹੁਤ ਅੱਛੀ ਗੱਲ ਆ ਜੀ, ਮੈਨੂੰ ਬੜਾ ਚੰਗਾ ਲੱਗਦਾ ਤੁਹਾਡਾ ਪ੍ਰੋਗਰਾਮ। ਤੇ ਕੀ ਕਹਿਣਾ ਚਾਹੁੰਦੇ ਓੜਪੋੜ ਬਾਰੇ? ਜੀ ਓੜਪੋੜ ਜੀ ਇਹ ਹੈ ਕਿ ਆਪਾਂ ਹੋਲਡ ਕਰਨਾ ਮੈਂ, ਬ੍ਰੇਕ ਤੋਂ ਬਾਅਦ ਜਦ ਦੁਬਾਰਾ ਗੱਲ ਕਰਦੇ ਹਾਂ। ਹੋਲਡ ਕਰਤੀ ਹੈ ਜੀ ਕਾਲ ਮੈਂ, ਤੇ ਰਾਜਕੁਮਾਰ ਸਾਹਿਬ ਦੀ, ਤੇ ਤੁਸੀਂ ਵੀ ਕਾਲ ਕਰਕੇ ਕੋਈ ਊੜ ਪੂੜ ਦੀ ਹਜੇ ਗੱਲ ਉਹ ਬਣੀ ਨਹੀਂ ਜਿਹੜੀ ਮੈਂ ਚਾਹੁੰਦਾ ਸੀ ਵੀ ਸਾਡੇ ਦਰਸ਼ਕ ਦੱਸਣ। ਅੱਜ ਕੱਲ੍ਹ ਤਾਂ ਬਹੁਤ ਇੱਥੇ ਵੀ ਮੈਂ ਦੇਖਿਆ ਘਰਾਂ ਦੇ ਵਿੱਚ ਵੀ ਬੜਾ ਕੁਛ ਜਿਹੜਾ ਹੈਗਾ ਉਹ ਦੇਸੀ ਤਰੀਕੇ ਦੇ ਨਾਲ ਹੀ ਇਲਾਜ ਕਰਦੇ ਨੇ, ਔਰ
ਤੌੜੀਆਂ ਵਗੈਰਾ ਆਮ ਦਾਲ ਦੂਲ ਬਣਾਉਣ ਵਾਸਤੇ ਘਰਾਂ ਦੇ ਵਿੱਚ ਆ ਗਈਆਂ, ਅਤੇ ਇੱਥੇ ਵੀ ਜਿਹੜੀਆਂ ਹੁਣ ਖੈਰ ਇੰਡੀਆ ਤੋਂ ਆਉਂਦੀਆਂ ਤਾਂ ਸਾਰੀਆਂ ਇੰਡੀਆ ਤੋਂ, ਪਰ ਹੁਣ ਆਮ ਮਿਲ ਜਾਂਦੀਆਂ, ਉਹ ਵੱਖਰੀ ਗੱਲ ਆ ਵੀ ਜਿਹੜੀ ਉੱਥੇ ਤੌੜੀ ਉੱਥੇ 50 ਰੁਪਏ ਦੀ ਮਿਲਦੀ ਅਤੇ ਇੱਥੇ ਉਹ ਲਗਭਗ ਜੇ ਰਖਲ 20-25 ਡਾਲਰ ਦੀ ਦਿੰਦੇ ਆ, 1400-1500 ਦੀ ਪੈਂਦੀ ਉਹ। ਖੈਰ ਇੰਨਾ ਇੰਨਾ ਵਧੀਆ, ਇੰਨੀ ਚੰਗੀ ਗੱਲ ਹੈਗੀ ਵੀ ਚੀਜ਼ ਅਵੇਲੇਬਲ ਹੈਗੀ ਇੱਥੇ ਸਾਰੀ। ਸੋ ਓਟ-ਪੋਟ ਜਿਹੜੇ ਹੁੰਦੇ ਸੀ ਘਰਾਂ ਦੇ ਵਿੱਚ, ਉਹਦੀ ਅੱਜ ਗੱਲਬਾਤ ਚੱਲ ਰਹੀ ਆ, ਤੁਸੀਂ ਵੀ ਗੱਲਬਾਤ ਕਰਕੇ ਆਪਣਾ ਆਪਣੀ ਸ਼ਮੂਲੀਅਤ ਕਰ ਸਕਦੇ ਹੋ। ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸਟ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਜੀ, ਫਟਾਫਟ ਕਾਲਾਂ ਵਾਲੇ ਚੱਲਦੇ ਹਾਂ ਅਤੇ ਕਾਲਾਂ ਭਰੀਆਂ ਪਈਆਂ ਨੇ ਧੜਾ ਧੜ। ਕੀ ਕਹਿਣਾ ਚਾਹੁੰਦੇ? ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਧੀਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ। ਅੱਛਾ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਸਰਪੰਚ ਫਿਲਮ ਦਾ ਇਹ ਕਲਿੱਪ ਦਿਖਾਈ ਤੇ ਆਪਣੇ ਮੇਹਰ ਮਿੱਤਲ ਦੀ ਜੀ, ਇਹ ਮੈਨੂੰ ਯਾਦ ਆ ਜਦੋਂ ਇੱਥੇ ਵਰਿੰਦਰ ਆਇਆ ਸੀ ਟੋਰਾਂਟੋ, ਉਦੋਂ ਮੇਹਰ ਮਿੱਤਲ ਇਹ ਜਿਹੜੀ ਗੋਲੀ ਸੀ ਇੱਥੋਂ ਟੋਰਾਂਟੋ ਤੋਂ ਲੈ ਕੇ ਗਏ ਸੀ ਉਹਨੂੰ। ਅੱਛਾ ਜੀ। ਹਾਂਜੀ, ਇੱਥੋਂ ਲੈ ਕੇ ਗਿਆ ਸੀ, ਕਹਿੰਦੇ ਅਸੀਂ ਮੂਵੀ ਬਣਾ ਰਹੇ ਹਾਂ ਉਹਦੇ ਵਿੱਚ ਦਿਖਾਵਾਂਗੇ ਜੀ, ਤੇ ਉਹ ਬੜੇ ਸ਼ਾਨਦਾਰ, ਮੈਂ ਤਾਂ ਮੇਰੇ ਕੋਲ ਹੈ ਇੱਥੇ ਘਰ ਮੂਵੀ, ਮੈਂ ਕਿੰਨੀ ਵਾਰੀ ਦੇਖੀ ਆ ਉਹ। ਉਦੋਂ ਬਾਅਦ ਫਿਲਮਾਂ ਕਾਫੀ ਡਾਊਨ ਹੋ ਗਿਆ ਸੀ ਪੰਜਾਬੀ ਫਿਲਮਾਂ ਜੀ ਜੀ ਤੀਰ ਸਾਹਿਬ। ਹਾਂਜੀ, ਅੱਛਾ ਮੈਂ ਨਾ ਜੁਲਾਈ 1983 ਦੇ ਵਿੱਚ ਸਫ਼ਰ ਕੀਤਾ ਬ੍ਰਿਟਿਸ਼ ਏਅਰਵੇਜ਼ ਦੇ ਵਿੱਚ ਮੇਹਰ ਮਿੱਤਲ ਨਾਲ ਟੋਰਾਂਟੋ ਤੋਂ ਦਿੱਲੀ ਤੱਕ। ਅੱਛਾ ਜੀ। ਉਹਦੇ ਵਿੱਚ ਕਾਫ਼ੀ ਗੱਲਾਂ ਕੀਤੀਆਂ ਉਹਨਾਂ ਨੇ, ਪਰ ਮੈਂ ਇੱਕ ਗੱਲ ਦੱਸਦਾ ਵੀ ਮੈਂ ਕਿਹਾ ਵੀ ਤੁਹਾਨੂੰ ਇਹ ਕੌਮੇਡੀ ਦਾ ਸ਼ੌਂਕ ਕਿੱਥੋਂ ਪਿਆ? ਕਹਿੰਦਾ ਵੀ ਅਸੀਂ ਹੈਗੇ ਮਾਲਵੇ ਤੋਂ, ਨਹੀਂ ਮਾਲਵੇ ਤੋਂ, ਉਹ ਵੀ ਮਾਲਵੇ ਤੋਂ ਸੀ ਉਹ। ਹਾਂ ਹਾਂਜੀ, ਤੇ ਉਹ ਕਹਿੰਦੇ ਵੀ ਮੈਂ ਛੋਟਾ ਹੁੰਦਾ ਵੀ ਅਸੀਂ ਮੈਸਾ ਮੱਝਾਂ ਨੂੰ ਮੈਸਾ ਕਹਿੰਦੇ ਸੀ, ਮੈਸਾ ਚਾਰਨ ਜਾਂਦੇ ਹੁੰਦੇ ਸੀ। ਮੈਂ ਕਿਹਾ ਮੇਹਰ ਮਿੱਤਲ ਸਾਹਿਬ ਮੈਂ ਵੀ ਚਾਰੀਆਂ ਨੇ ਮੈਸਾ, ਇਹ ਤਾਂ ਕਹਿੰਦਾ ਆਪਣੀ ਕੈਟਾਗਰੀ ਕੋਈ ਆ। ਮੈਂ ਕਿਹਾ ਹਾਂ। ਉੱਥੇ ਕਹਿੰਦਾ ਮੁੰਡੇ ਇੱਕ ਦੂਜੇ ਨੂੰ ਅਸੀਂ ਕਿਚੜਾ ਕਰ ਦਿੰਦੇ ਸੀ ਵਿੱਚ, ਏਦਾਂ ਨਕਲਾਂ ਕਰਨੀਆਂ ਕਾਮੇਡੀ ਕਰਨੀ, ਉੱਥੋਂ ਕਹਿੰਦਾ ਫਿਰ ਸ਼ੌਂਕ ਪੈ ਗਿਆ ਜੀ। ਉੱਦਾਂ ਇਹ ਕਾਫੀ ਇੰਟਰੇਸਟਿੰਗ ਸੁਭਾਅ ਦੇ ਸੀਗੇ, ਕਾਫੀ ਗੱਲਾਂ ਵਧੀਆ ਸੀ, ਅਸੀਂ ਕਾਫੀ ਕੰਮ ਵੀ ਮੈਂ ਅਸੀਂ ਇਕੱਠੇ ਕਰਿਆ ਸੀ, ਇੱਕ ਦੋ ਇੱਕ ਸੀਰੀਅਲ ਸਾਡਾ ਚੱਲਦਾ ਹੁੰਦਾ ਸੀ। ਅੱਛਾ ਤੀਰ ਸਾਹਿਬ, ਆਪਾਂ ਜਿਹੜੀ ਗੱਲ ਕਰਦੇ ਸੀ ਏਅਰਪੋਰਟ ਦੀ, ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨਾਲ ਕੋਈ ਗੱਲ ਸਾਂਝੀ ਕਰੋ। ਮੈਂ ਦੱਸਾਂ, ਇੱਕ ਵਾਰੀ ਸਾਡੇ ਮਾਧੀ ਬਿਮਾਰ ਹੋ ਗਈ, ਤੇ ਨਾਲ ਦੇ ਪਿੰਡ ਤੋਂ ਡਾਕਟਰ ਲਿਆਂਦਾ ਇਹਨਾਂ ਦਾ, ਡੰਗਰਾਂ ਦਾ, ਉਹ ਸਰਦਾਰ ਗੁਰਦੇਵ ਸਿੰਘ, ਉਹਨਾਂ ਨੇ ਕੁਛ ਕਾੜਾ ਬਣਾ ਕੇ ਨਾ ਨਾਲ ਦੇ ਰਾਹੀਂ ਮੱਝ ਦਾ ਮੂੰਹ ਖੋਲ ਕੇ ਉਹ ਕਾੜੇ ਦੇ ਵਿੱਚ ਕਾੜਾ ਬਣਾ ਕੇ ਫਿਰ ਉਹ ਮੱਝ ਨੂੰ ਦਿੱਤਾ। ਕਈ ਕਈ ਐਵੇਂ ਟੀਕੇ ਟੂਕੇ ਲਾਏ, ਮੱਝ ਨੂੰ ਕੁਛ ਨਾ ਫਰਕ ਪਿਆ, ਪਰ ਉਹਨੇ ਫਿਰ ਉਹ ਕਾੜੇ ਨਾਲ ਦੁਪਹਿਰ ਤੱਕ ਮੱਝ ਜਾ ਕੇ ਠੀਕ ਹੋ ਗਈ ਸੀ, ਦੇਖ ਲਓ। ਅੱਛਾ, ਨਾਲ ਦੇਖ ਲਓ, ਨਾਲ ਜਿਹੜੀ ਹੁੰਦੀ ਸੀਗੀ ਆਪਾਂ ਨੂੰ ਅੱਜ ਕੱਲ੍ਹ ਨਹੀਂ ਉਹ ਸ਼ਬਦ ਪਤਾ, ਨਾ ਸ਼ਬਦ ਵੀ ਨਹੀਂ ਪਤਾ, ਚੀਜ਼ ਤਾਂ ਪਤਾ ਕਿੱਥੇ ਪਤਾ ਹੋਣੀ ਹੈ ਨਾਲ ਜਿਹੜੇ ਨਹੀਂ। ਬਾਂਸ ਦੀ ਹੁੰਦੀ ਸੀ ਮੇਰੇ ਖਿਆਲ 'ਚ, ਬਾਂਸ ਦੀ ਹੁੰਦੀ ਸੀ ਮੋਰਿਓ, ਅਤੇ ਮਤਲਬ ਜਿੱਦਾਂ ਆਪਾਂ ਕੋਈ ਚੀਜ਼ ਨਹੀਂ ਹੁੰਦੀ ਪਾਉਣ ਵਾਲੀ, ਬੰਬੂ ਹੁੰਦਾ ਜਿਵੇਂ, ਹਾਂਜੀ ਹਾਂਜੀ, ਮੋਰਿਓ ਉੱਦਾਂ ਹੀ ਹੁੰਦੀ ਸੀ, ਉੱਦਾਂ ਦੀ ਬਣੀ ਹੁੰਦੀ ਸੀ। ਮੱਝ ਠੀਕ ਹੋ ਗਈ, ਦੇਖ ਲਓ। ਨਹੀਂ ਹੁੰਦਾ ਜੀ, ਦੇਖੋ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਹੁਣ ਇੰਜੈਕਸ਼ਨ ਆ ਗਏ ਫਟਾਫਟ, ਅਤੇ ਚਲੋ ਮਿਹਰਬਾਨੀ ਧੀਰ ਸਾਹਿਬ ਤੁਹਾਡੀ, ਥੈਂਕ ਯੂ ਤੁਹਾਡਾ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲਦੇ ਜੀ? ਹਾਂਜੀ, ਮੈਂ ਇਹ ਦੱਸਣਾ ਹੈ ਜੀ, ਵੀ ਏਅਰਪੋਰਟ ਬਾਰੇ ਦੱਸਣਾ ਤੁਹਾਨੂੰ। ਜ਼ਰੂਰ ਜੀ, ਜ਼ਰੂਰ ਜ਼ਰੂਰ, ਬਹੁਤ ਖੁਸ਼ੀ ਹੋਈ ਜੀ। ਹਾਂਜੀ, ਏਅਰਪੋਰਟ ਜੀ, ਮੇਰਾ ਬੇਟਾ ਛੋਟਾ ਜਿਹਾ ਸੀਗਾ। ਅੱਛਾ ਜੀ। ਤੇ ਉਦੋਂ ਦਵਾਈ ਲੈਣ ਬਹੁਤ ਘੱਟ ਜਾਂਦੇ ਹੁੰਦੇ ਸੀ ਬੜੇ ਬਜ਼ੁਰਗ, ਸੱਸ ਮੇਰੀ ਨੇ ਕਹਿਣਾ ਬਾਹਰ ਤੇ ਦਵਾਈ ਲਿਆਉਣੀ, ਘੜੇ ਤੇ ਐਡ ਰਗੜ ਕਾ ਦੇ ਦੇਣੀ ਉਹਨਾਂ ਘੜੇ ਤੇ। ਹਾਂਜੀ, ਮਿੱਟੀ ਦੇ ਘੜੇ ਹੁੰਦੇ ਸੀ, ਪਾਣੀ ਦੇ ਭਰੇ ਹੋਏ। ਹਾਂਜੀ, ਇਹ ਵੱਡੀ ਹੈਡ ਛੋਟੀ ਹੈਡ ਜਿਹੜੀ ਕਹਿ ਕੇ ਹਟੇ ਹੁਣ। ਹਾਂਜੀ ਹਾਂਜੀ ਹਾਂਜੀ। ਇਹਨੂੰ ਰਗੜ ਕਾ ਨਾ ਚਮਚੇ ਵਿੱਚ ਪਾਣੀ ਪਾ ਕੇ ਉਹ ਪਿਲਾ ਦੇਣੀ, ਜੇ ਉਲਟੀਆਂ ਲੱਗੀਆਂ ਵੀ ਹੋਣੀਆਂ, ਟੱਟੀਆਂ ਲੱਗੀਆਂ ਵੀ ਹੋਣੀਆਂ। ਅੱਛਾ ਜੀ, ਇਹਨਾਂ ਨੂੰ ਏਅਰਪੋਰਟ ਕਹਿੰਦੇ ਹੁੰਦੇ ਸੀ। ਕਿਆ ਬਾਤ ਹੈ। ਇਹ ਦੇਸੀ ਦਵਾਈਆਂ ਹੁੰਦੀਆਂ ਸੀ, ਇਹਨਾਂ ਨੂੰ ਕਹਿ ਦੇਣਾ ਵੀ ਘਰ ਤੇ ਹੀ ਕਰ ਦੋ ਦਵਾਈ, ਜਵਾਇਣ ਦੇ ਦੋ ਘੋਟਕਾ ਮਾੜੀ ਜੀ ਬੱਚੇ ਨੂੰ ਪੁਣਕਾ, ਪੁਣਕਾ ਲਾ ਦੋ ਢਿੱਡ ਤੇ। ਤਕਰੀਬਨ ਸਾਰੇ ਪ੍ਰੋਬਲਮਾਂ ਦਾ ਘਰੇ ਹੀ ਹੱਲ ਕਰਦੇ ਸੀ, ਕਿਸੇ ਜਵਾਇਨ ਲੂਣ ਪਾਤੀ, ਕਿਸੇ 'ਚ ਔਲੇ ਹਰੜਾਂ ਬਿਹੇੜੇ, ਉਹ ਕਿਸੇ ਨੇ ਕਰਤਾ ਕੁਛ, ਕੋਈ ਜੀਰਾ
ਜੀਰਾ ਬੜਾ ਕਾਰਗਰ ਸਿੱਧ ਹੁੰਦਾ, ਉਹਨਾਂ ਸਾਰਾ ਇਲਾਜ ਹੋ ਜਾਂਦਾ ਸੀ। ਹਾਂਜੀ, ਜੇ ਛਾਤੀ ਰੁਕੀ ਹੋਈ ਹੈ ਤਾਂ ਉਹਦੇ ਉੱਪਰ ਹਿੰਗ ਘੋਲ ਕਰ ਨਾ ਉਹ ਛਾਤੀ ਤੇ ਲਾ ਦੇਣੀ ਆ। ਕੀ 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 ਲਾ ਦੇਣਾ ਜੀ? ਹਿੰਗ ਘੋਲ ਕੇ ਸੱਚ ਲਾ ਦੋ ਛਾਤੀ ਬੰਦ ਜੀ। ਹਾਂਜੀ ਜੀ, ਛਾਤੀ ਰੁਕੀ ਵੀ ਹੋਣੀ ਬੱਚੇ ਦੀ ਛਾਤੀ ਤੇ ਬਲਗਮ ਆ ਨਾ। ਅੱਛਾ, ਤਾਂ ਕਿ ਆਪ ਬਿਗਸ ਬੁਗਸ ਲਾ ਦਿੰਦੇ ਆ, ਇਹ ਲਾ ਦੋ ਉਹ, ਫਿਰ ਹਿੰਗ ਘੋਲ ਕੇ ਛਾਤੀ ਤੇ ਲਾ ਦੇਣੀ ਬੱਚੇ ਦਾ। ਕੀ ਬਾਤ ਹੈ! ਅੱਛਾ ਜੀ। ਹਾਂਜੀ, ਤੇ ਘਰੇ ਤੇ ਹੈਡ ਰਗੜਕਾ ਦੇ ਦੇਣੀ, ਦਵਾਈ ਲੈਣ ਨੀ ਜਾਣਾ ਬਾਹਰ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਸੋ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਹੁੰਦੀਆਂ ਸੀ, ਉਹ ਵੀ ਇੱਕ ਕਿਸਮ ਦੀਆਂ ਵਧੀਆ ਡਾਕਟਰ ਹੁੰਦੀਆਂ ਸੀਗੀਆਂ, ਜਿਹਦਾ ਸਿਹਤ ਨੂੰ ਨੁਕਸਾਨ ਕੋਈ ਨਹੀਂ ਸੀ ਹੁੰਦਾ। ਨਹੀਂ ਜੀ, ਨਹੀਂ, ਉਹਨਾਂ ਦਾ ਨੁਕਸਾਨ ਕੋਈ ਨਹੀਂ ਤਾਂ ਹੁੰਦਾ, ਵੈਸੇ ਆਰਾਮ ਵੀ ਆ ਜਾਂਦਾ ਤਾਂ। ਵਾਹ ਜੀ ਵਾਹ, ਚਲੋ ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡੀ। ਇਸ ਤਰ੍ਹਾਂ ਦਾ ਵਿਸ਼ਾ ਬੁੱਧਵਾਰ ਰੱਖਿਆ ਕਰਾਂਗੇ ਆਪਾਂ ਅਕਸਰ ਇਸ ਤਰ੍ਹਾਂ ਦੀ ਗੱਲਬਾਤ। ਹੈਲੋ, ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ, ਮਨਜੀਤ ਸਿੰਘ ਜੀ। ਕੋਈ ਬਚਪਨ ਦੀ ਯਾਦ ਕਦੇ, ਕੀ ਦਾਦੀ ਨੇ ਕੁਛ ਦਿੱਤਾ ਹੋਵੇ ਘੋਲ ਕੇ, ਕਾੜ ਕੇ, ਜਾਂ ਕਾਹਵਾ ਹੁੰਦਾ ਸੀ, ਕਾੜਾ ਕਹਿੰਦੇ ਸੀਗੇ, ਜਾਂ ਫਿਰ ਇਹਦੇ 'ਚ ਹਾਂਜੀ ਉਹ ਬਣਿਆ ਬਣਾਇਆ ਵੀ ਮਿਲ ਜਾਂਦਾ ਸੀ ਹੱਟੀ ਤੋਂ। ਕੋਸ਼ਿਸ਼ ਕਰਾਂ ਕਾਲਾਂ ਲੈਣ ਦੀ, ਕਾਲਾਂ ਤੁਹਾਡੀਆਂ ਥੜਥੜ ਆ ਰਹੀਆਂ ਨੇ, ਪਰ ਮੈਂ ਹੋਲਡ ਕਰ ਦਿੰਦਾ ਜਿੰਨਾ ਕੁ ਟਾਈਮ ਹੋਇਆ, ਉਨੀਆਂ ਕੁ ਫਿਰ ਲੈ ਲਾਂਗੇ, ਪਰ ਕਾਲਾਂ ਸਾਰੀਆਂ ਹੀ ਭਰੀਆਂ ਪਈਆਂ ਹਜੇ ਵੀ। ਹੈਲੋ, ਹੈਲੋ, ਹਾਂਜੀ ਮਨਜੀਤ ਸਿੰਘ ਜੀ। ਹਾਂਜੀ ਹਾਂਜੀ ਜੀ, ਫੇਰ ਕਈ ਵਾਰ ਜਿੱਦਾਂ ਹੁਣ ਕੋਈ ਅੱਜ ਕੱਲ੍ਹ ਬਰਸਾਤਾਂ ਹੁੰਦੀਆਂ ਇੰਡੀਆ, ਜਿੱਦਾਂ ਫੋੜੇ ਫੈਂਸੀਆਂ ਹੋਣੀਆਂ ਜਾਂ ਉਹ ਆਪਣੀ ਅਖਬਾਰ ਬੰਦ ਦੇਣੀ ਜੀ, ਕਵਾਰ, ਹਾਂ 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 ਹਾਂ, ਕਵਾਰ ਹੁੰਦੀ ਸੀ, ਕਵਾਰ ਵੜੀ, ਜਿਹਨੂੰ ਅਸੀਂ ਐਲੋਵੀਰਾ ਕਹਿ ਦਿੰਦੇ ਨਾ ਇੱਥੇ ਤਾਂ। ਐਲੋਵੀਰਾ, ਹਾਂ, ਉਹ ਉਸ 'ਤੇ ਹੁਣ ਬਹੁਤ ਪੱਟੀ ਚੀਜ਼ ਹੁੰਦੀ, ਆਰਾਮ ਨਾਲ ਉਹ ਆਪਣੇ ਰਾਤ ਨੂੰ ਬੰਨਣੀ ਤਾਂ ਸਵੇਰ ਨੂੰ ਫੋੜਾ ਫੈਂਸੀ ਹੋ ਜਾਣਾ। ਅੱਛਾ, ਕੰਡਾ ਚੁੱਭਿਆ ਹੁੰਦਾ ਸੀ ਤਾਂ ਵੀ ਮੇਰੇ ਖਿਆਲ ਕਵਾਰ ਬੰਨਦੇ ਸੀ, ਤਾਂ ਵੀ ਨਿਕਲ ਜਾਂਦਾ ਸੀ ਕੰਡਾ ਚੁੱਭਾ, ਤੇ ਉਹ ਬੰਦ ਰਾਤ ਸਵੇਰ ਨੂੰ ਕੰਡਾ ਬਾਹਰ ਨਿਕਲ ਜਾਂਦਾ ਸੀ। ਆਏ ਹਾਏ ਹਾਏ ਹਾਏ, ਕਿਆ ਚੀਜ਼ਾਂ ਸੀ! ਅੱਜ ਕੱਲ੍ਹ ਇਹ ਬੋਤਲਾਂ 'ਚ ਆ ਗਈਆਂ, ਘੋਲ ਕੇ ਉਹ 'ਚ ਅਸਲੀ ਹੁੰਦੀ ਨਹੀਂ ਹੁੰਦੀ ਚੀਜ਼ਾਂ ਪਤਾ ਨਹੀਂ ਲੱਗਦਾ ਹੁਣ, ਪਰ ਚੀਜ਼ਾਂ ਹੈਗੀਆਂ ਅੱਜ ਵੀ ਸਾਰੀਆਂ। ਹਾਂਜੀ, ਉਹ ਫਿਰ ਕਈ ਵਾਰ ਇੱਦਾਂ ਹੁੰਦੀ ਪਸ਼ੂ ਹੈ ਨਾ, ਮੱਝਾਂ ਮਿਲਣੀਆਂ ਨਹੀਂ ਅਤੇ ਉਹਨਾਂ ਨੂੰ ਕਹਿਣਾ ਬਈ ਇਹਨੂੰ ਧੂਆਂ ਲਾ ਕੇ ਜਵੈਣ ਤੇ ਗੁੱਗਲ ਦਿਖਾਉਣੀ, ਤੇ ਉਹੀ ਮੱਝਾਂ ਪਹਿਲਾਂ ਲੱਤਾਂ ਮਾਰਨੀ ਫੁੱਟੂਆਂ ਦੇ ਬਾਅਦ 'ਚ ਫੜੀਆਂ ਹੋਣੀਆਂ, ਸੀਲ ਹੋ ਕੇ ਮਰ ਪੈਣ ਚਾਹੀਦੀ। ਆਹ, ਦੇਖ ਲਓ ਜੀ, ਆਹ ਚੀਜ਼ਾਂ ਕੰਮ ਕਰਦੀਆਂ ਸੀ। ਗੂਗਲ ਦਾ ਬੜਾ, ਗੂਗਲ ਅੱਜ ਕੱਲ੍ਹ ਦੂਜੀ ਗੂਗਲ ਆ ਗਈ ਜਿਹ 'ਚ ਪਾ ਕੇ ਸਾਰਾ ਕੁਛ ਨਿਆਣੇ ਲੱਭਦੇ ਨੇ, ਪਰ ਜਿਹੜੀ ਗੂਗਲ ਹੁੰਦੀ ਸੀ, ਗੂਗਲ ਵੀ ਬੜੀ ਕਾਰਗਰ ਸਿੱਧ ਹੁੰਦੀ ਸੀ। ਹਾਂਜੀ ਹਾਂਜੀ ਹਾਂਜੀ, ਚਲੋ ਮਿਹਰਬਾਨੀ ਜੀ ਮਨਜੀਤ ਸਿੰਘ ਜੀ, ਬਹੁਤ ਓਕੇ ਓਕੇ ਜੀ ਓਕੇ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕੁਛ ਹੋਰ ਕਾਲਾਂ ਲੈਣ ਦੀ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਪ੍ਰੋਗਰਾਮ ਨੂੰ ਖਤਮ ਕਰਨ ਦਾ ਸਮਾਂ ਜਿਹੜਾ ਹੋ ਗਿਆ, ਕਾਲਾਂ ਜਿੰਨੀਆਂ ਹੈਗੀਆਂ ਨੇ, ਮੈਂ ਉਹਨਾਂ ਕੋਲ ਹੱਥ ਜੋੜ ਕੇ ਮੁਆਫੀ ਚਾਹੁੰਦਾ ਕਿ ਕਾਲ ਹੁਣ ਹੋਰ ਨਹੀਂ ਲੈ ਹੋਣੀ, ਪਰ ਆਪਾਂ ਬੁੱਧਵਾਰ ਇਹੋ ਜਿਹਾ ਵਿਸ਼ਾ ਜ਼ਰੂਰ ਰੱਖਿਆ ਕਰਾਂਗੇ ਜਿਹਦੇ ਵਿੱਚ ਤੁਸੀਂ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ। ਪਹਿਲਾਂ ਸ਼ੁੱਕਰਵਾਰ ਦੀ ਗੱਲ ਕਰਦੇ ਸੀ ਅਤੇ ਬੁੱਧਵਾਰ ਦੀ ਗੱਲ ਕਰਦੇ ਸੀ, ਤਾਂ ਉਦੋਂ ਬਹੁਤ ਜ਼ਿਆਦਾ ਤੁਹਾਡਾ ਰਿਸਪੋਂਸ ਜਿਹੜਾ ਮਿਲਦਾ ਸੀ। ਅੱਜ ਹੁਣ ਹੋਰ ਕਾਲ ਨਹੀਂ ਲੈਣੀ, ਮੈਂ ਮੁਆਫੀ ਚਾਹੁੰਦਾ। ਅਤੇ ਬਾਕੀ ਤੁਸੀਂ ਇੰਨਾ ਪਿਆਰ ਕਰਦੇ ਹੋ, ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਤੁਸੀਂ ਕੋਈ ਈਵੈਂਟ ਹੈਗੀ ਆਪਣੀ ਵੈਸਟ ਕੋਸਟ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ, ਤਾਂ ਤੁਸੀਂ ਮੈਨੂੰ ਜ਼ਰੂਰ ਈਮੇਲ ਕਰੋ, jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈਗਾ, ਅਤੇ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-2092-450-3362। ਅਤੇ ਅਸੀਂ ਇੱਕ ਹੁਣ ਕੈਲੀਫੋਰਨੀਆ ਡਾਇਰੀ ਪ੍ਰੋਗਰਾਮ ਜਿਹੜਾ ਉਹ ਇੱਕ ਅਲੱਗ ਸ਼ੁਰੂ ਕੀਤਾ, ਮੰਗਲਵਾਰ ਸ਼ਾਮੀ 4:30 ਆਇਆ ਕਰੇਗਾ ਤੁਹਾਡੇ ਰੂਬਰੂ। ਤੁਹਾਡੀ ਕੋਈ ਵੀ ਈਵੈਂਟ ਹੁੰਦੀ ਹੈ, ਕੋਈ ਵੀ ਤੁਹਾਡੇ ਕੋਈ ਪ੍ਰੋਗਰਾਮ ਹੈਗਾ ਸ਼ਹਿਰ ਦੇ ਵਿੱਚ, ਤਾਂ ਸਾਨੂੰ ਜ਼ਰੂਰ ਦੱਸੋ। ਫਿਲਹਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।